ਸਾਡੇ ਅੰਦਰ ਰਿਸ਼ਤੇ ਸ਼ਬਦਾਂ ਨਾਲ ਵੱਸਦੇ ਇੰਨੇ ਇੰਨੇ ਬੱਚਿਆਂ ਨੂੰ ਸਿਖਾਉਂਦੇ ਹਾਂ ਵੀ ਮਾਂ ਨੂੰ ਮਾਂ ਨਾ ਕਹਿ, ਮਾਂ ਨੂੰ ਮੰਮੀ ਕਹਿ, ਪਿਓ ਨੂੰ ਪਿਓ ਨਾ ਕਹਿ। ਨਿੱਕੇ ਨਿੱਕੇ ਬੱਚਿਆਂ ਦੇ ਮਨ 'ਤੇ ਬੇਗਾਨੇ ਸ਼ਬਦਾਂ ਦੇ ਪੱਥਰ ਧਰਦੇ, ਮੁੜ ਕੇ ਕਹਿੰਦੇ ਕਿ ਜਵਾਕ ਕਿਹੋ ਜਿਹਾ ਨਿਕਲ ਗਿਆ। ਕਿ ਗੁਰੂ ਸਾਹਿਬ ਦੇ ਵੇਲੇ 'ਚ ਦੇਵਨਾਗਰੀ ਚੱਲਦੀ ਸੀ, ਅਰਬੀ ਵੀ ਚੱਲਦੀ ਸੀ, ਉਹਨਾਂ ਨੂੰ ਬਹੁਤ ਲੋਕ ਪੜ੍ਹਦੇ ਸੀ। ਉਹਨਾਂ ਵੇਲਿਆਂ 'ਚ ਮੁਹਾਵਰਾ ਬਣਿਆ ਸੀ, ਪੜ੍ਹੇ ਫਾਰਸੀ ਵਿੱਚ ਤੇਲ। ਗੁਰੂ ਸਾਹਿਬ ਨੇ ਉਹਨਾਂ ਦੀ ਬੋਲੀ 'ਚ, ਉਹਨਾਂ ਦੇ ਅੱਖਰਾਂ 'ਚ ਬਾਣੀ ਨਹੀਂ ਲਿਖੀ, ਵੱਖਰੀਆਂ ਅੱਖਰਾਂ 'ਚ ਲਿਖੀ। ਕਾਹਦੇ ਕਰਕੇ? ਇਸ ਗੱਲ ਕਰਕੇ ਕਿ ਜਿਹੜੇ ਅੱਖਰਾਂ ਨਾਲ ਜੁੜਦੇ ਹੋ ਉਹਨਾਂ ਅੱਖਰਾਂ ਦੇ ਨਾਲ ਇੱਕ ਖਿਆਲ ਜੁੜਿਆ ਹੁੰਦਾ, ਉਹਨਾਂ ਨਾਲ ਇੱਕ ਪਹਿਰਾਵਾ ਜੁੜਿਆ ਹੁੰਦਾ, ਉਹਨਾਂ ਅੱਖਰਾਂ ਨਾਲ ਖਾਣ ਪੀਣ ਜੁੜਿਆ ਹੁੰਦਾ, ਉਹਨਾਂ ਅੱਖਰਾਂ ਨਾਲ ਸਾਰੀ ਜ਼ਿੰਦਗੀ ਜੁੜੀ ਹੁੰਦੀ ਹੈ। ਜਿਹੜੇ ਅੱਖਰ ਨੇ ਇਹੀ ਦੁਨੀਆ ਸਾਜਦੇ ਹੈ, ਸਾਡੇ ਵਪਾਰ ਦੀ, ਸਾਡੀ ਰਾਜਨੀਤੀ ਦੀ। ਜਿੱਥੇ ਜਿੱਥੇ ਜਿਹਦੇ ਜਿਹਦੇ ਅੱਖਰ ਚੱਲਦੇ ਨੇ ਉਹਦਾ ਰਾਜ ਚੱਲਦਾ। ਅੰਗਰੇਜ਼ 1947 'ਚ ਗਏ, ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਪੰਜਾਬ 'ਚ ਅੰਗਰੇਜ਼ੀ ਸਕੂਲ ਖੁੱਲ੍ਹੇ, ਤਾਂ ਸਾਡੇ ਬੰਦੇ ਹੁਣ ਸੋਚਣ ਲੱਗ ਗਏ ਕਿ ਜੇ ਅੰਗਰੇਜ਼ੀ ਨਾ ਪੜ੍ਹੀ ਕੁਛ ਬਣਨਾ ਨਹੀਂ ਹੈ। ਇਹਦਾ ਮਤਲਬ ਗੁਲਾਮੀ ਬਾਅਦ 'ਚ ਆਈ ਜਾਣ ਤੋਂ। ਇੱਥੇ ਜਿਹੜੇ ਮੁੰਡੇ ਕੁੜੀਆਂ ਬੈਠੇ ਨੇ ਉਹ ਦੁਨੀਆਦਾਰਾਂ ਸਾਹਮਣੇ ਆਪਣੇ ਮਾਂ ਪਿਓ ਨੂੰ ਮੂੰਹੋਂ ਮਾਂ ਪਿਓ ਨਹੀਂ ਕਹਿ ਸਕਦੇ। ਮੈਂ ਕਿੰਨੇ ਮੁੰਡਿਆਂ ਨੂੰ ਮਿਲਦਾ, ਬਹੁਤ ਵਾਰ ਪੁੱਛਦਾ ਜਾਣ ਕੇ ਕਿ ਜੇ ਨਾਲ ਤੁਹਾਡੇ ਕੁੜੀ ਜਾਂਦੀ ਪੁੱਛੋ ਕੌਣ ਹੈ, ਅਤੇ ਭੈਣ ਨਹੀਂ ਕਿਹਾ ਜਾਂਦਾ ਮੂੰਹੋਂ, ਸਿਸਟਰ ਹੈ। ਭੈਣਾਂ ਨਾਲ ਭਰਾ ਜਾਂਦੇ ਹੁਣ ਤਾਂ ਮੂੰਹੋਂ ਭਰਾ ਨਹੀਂ ਕਿਹਾ ਜਾਂਦਾ, ਬਰਾਦਰ ਹੈ। ਮਾਂ ਪਿਓ ਨਾ ਹੋਵੇ ਤਾਂ ਇਹ ਨਹੀਂ ਕਹਿੰਦੇ ਕਿ ਗੁਰੂ ਨੂੰ ਪਿਆਰੇ ਹੋ ਗਏ ਜਾਂ ਅਕਾਲ ਚਲਾਣਾ ਕਰ ਗਏ, ਐਕਸਪਾਇਰ ਹੋ ਗਏ। ਚਾਹੇ ਚੀਨ ਹੈ, ਚਾਹੇ ਜਪਾਨ ਹੈ, ਜਿਨ੍ਹਾਂ ਮੁਲਕਾਂ ਦੀ ਤਰੱਕੀ ਹੈ ਉਹਨਾਂ ਮੁਲਕਾਂ ਦੀ ਤਰੱਕੀ ਉਹਨਾਂ ਦੀਆਂ ਅੱਖਰਾਂ 'ਚ ਹੈ। ਅਸੀਂ ਆਪਣੇ ਆਪ ਅਤੇ ਆਪਣੇ ਬੱਚਿਆਂ ਲਈ ਜਿਹੜੇ ਅੱਖਰਾਂ ਦਾ ਮਾਣ ਪਹਿਲਾਂ ਪੈਦਾ ਕਰਦੇ ਹਾਂ, ਸਾਡੇ ਬੱਚਿਆਂ ਨੇ ਉਹਨਾਂ ਅੱਖਰਾਂ ਦੇ ਮੁਤਾਬਕ ਚੱਲਣਾ। ਜਿਹਦਾ ਜਿਹਦਾ ਸਿੱਖ ਹੋਣ ਦਾ ਦਾਅਵਾ ਹੈ, ਜਿਹਦਾ ਜਿਹਦਾ ਪੰਜਾਬੀ ਹੋਣ ਦਾ ਦਾਅਵਾ ਹੈ, ਅਤੇ ਜਿਹਨੂੰ ਜਿਹਨੂੰ ਇਹ ਹੈ ਕਿ ਮੈਂ ਆਪਣੇ ਧੀ ਪੁੱਤ ਨੂੰ ਸਫਲ ਕਰਦੇ ਹਾਂ, ਇਹਨਾਂ ਤਿੰਨਾਂ ਤਰ੍ਹਾਂ ਦੇ ਬੰਦਿਆਂ ਵਾਸਤੇ ਬੇਨਤੀ ਹੈ ਕਿ ਅਸੀਂ ਆਪ ਕਿੰਨੇ ਕੁ ਅੱਖਰ ਪੰਜਾਬੀ ਦੇ ਲਿਖਦੇ, ਪੜ੍ਹਦੇ, ਬੋਲਦੇ, ਆਪਣੀਆਂ ਧੀਆਂ ਪੁੱਤਾਂ ਨੂੰ ਕਿੰਨਾ ਦੇ ਕੇ ਜਾਂਦੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਿਰਾਜਮਾਨ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜਿਹੜੀ ਗੱਲ ਇਹ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਪਹਿਲਾਂ ਵੀ ਮੈਂ ਕਈ ਥਾਵਾਂ 'ਤੇ ਕਰਦਾ, ਉਹਦੇ 'ਚ ਦੋ ਤਿੰਨ ਹਿੱਸੇ ਨੇ ਗੱਲ ਦੇ। ਪਹਿਲਾਂ ਮੈਂ ਇੱਥੋਂ ਸ਼ੁਰੂ ਕਰਨਾ ਹੈ ਕਿ ਜਿਹੜੀਆਂ ਇਹ ਬੱਚੀਆਂ ਬੈਠੀਆਂ ਨੇ ਇਹਨਾਂ ਨੂੰ ਮਾਂ ਬਾਪ ਨੇ ਇੱਥੇ ਪੜ੍ਹਨ ਭੇਜਿਆ ਕਿ ਇਹ ਪੜ੍ਹ ਕੇ ਕੁਛ ਬਣ ਜਾਣ। ਬੇਨਤੀ ਇੱਥੋਂ ਹੈ ਕਿ ਇਹ ਜਿਹੜੀ ਜਗ੍ਹਾ ਹੈ, ਇਹ ਤਖ਼ਤ ਹੈ, ਇਹ ਗੁਰੂ ਦੀ ਕਾਸ਼ੀ ਵੀ ਹੈ, ਅਤੇ ਅਸੀਂ ਜਿਹੜੇ ਇੱਥੇ ਪੜ੍ਹਨ ਆਏ, ਇੱਧਰ ਜਿਹੜਾ ਅਦਾਰਾ ਖੋਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਇੱਕ ਇੱਧਰ ਖੋਲਿਆ, ਗੁਰੂ ਦੀ ਜਿਹੜੀ ਕਾਸ਼ੀ ਹੈ, ਜਿਹੜਾ ਗੁਰੂ ਦਾ ਵਿੱਦਿਆ ਦਾ ਸਾਡੇ ਸਾਹਮਣੇ ਇੱਕ ਖਿਆਲ ਹੈ ਜਿਵੇਂ ਪ੍ਰਗਟ ਹੋ ਰਿਹਾ, ਉਹਦੇ ਤੋਂ ਮੈਂ ਆਪਣੀ ਗੱਲ ਸ਼ੁਰੂ ਕਰਨੀ ਹੈ ਕਿ ਪੰਜਾਬ ਦੇ ਲੋਕ ਅਤੇ ਸਿੱਖ ਅੱਜ ਇੱਥੇ ਆਪਣੇ ਧੀਆਂ ਪੁੱਤਾਂ ਦੇ ਭਵਿੱਖ ਨੂੰ ਕਿਵੇਂ ਵੇਖਦੇ ਨੇ। ਸਾਡੇ ਮਾਂ ਬਾਪ, ਯਾਨੀ ਕਿ ਤੁਹਾਡੇ ਮਾਂ ਬਾਪ ਆਪਣੀਆਂ ਧੀਆਂ ਪੁੱਤਾਂ ਦਾ ਇੱਥੇ ਭਵਿੱਖ ਕਿਵੇਂ ਵੇਖ ਰਹੇ ਨੇ? ਜਿਵੇਂ ਵੇਖ ਰਹੇ ਨੇ ਉਹਦਾ ਇੱਕ ਸਬੂਤ ਇਹ ਹੈ ਕਿ ਪੰਜਾਬ ਦੇ ਹਰ ਛੋਟੇ ਤੋਂ ਛੋਟੇ ਸ਼ਹਿਰ ਦੇ ਵਿੱਚ
कई कई आईलैट्स दे सेंटर ने। जे तुहानूं पुछिया जावे तुहाडे चों अद्धियों बहुतियां दा दिमाग च ख्याल होना है बाहर जाण दा, ते जिहड़े मापिआं वजों ने उहनां नूं जिहनूं मर्जी फरोल के देख लो विचों निकलिआ हुंदा है वी जे बाहर चल जे सौखा हो जू सौखे हो जाएंगे। ये गल पढ़ के भी सीख ली ते जिहड़े नहीं पढ़े हुए उन्होंने भी सीख ली कि अजकल पंजाब दे विच लगभग हर पिंड शहर दे विच एक रवाज है कि बच्चों नूं बाहर तोर दिओ, खास करके कुड़ियां नूं। मैं हर थां कहिंदा कि जिस कुड़ी नूं 12 पढ़न तकर घर दे दुकान ते कल्ली नहीं तोरदे, फिर उहनूं जहाज चढ़ा के बर्फां 'च धक्का दे दिंदे बिना ये पता कीतियां कि जिथे वह चली है की है। उत्थे इन्नी बेनती मैं तुहानूं जरूर करूँगा, तुहाडे जो कईआं नूं जाण दा मौका बनूगा। उत्थे जिहड़े माँ बाप ने वो की कहिंदे ने सुण सुणा के, वह कहिंदे ने पंजाब 'च नशा बहुत है, इत्थे मारामारी बहुत है, इत्थे बीमारी बहुत है, इत्थे बेरोजगारी बहुत है, इत्थे कुछ है ही नहीं जी, हुण जवाक सुरक्षित नहीं हैगे, किसी की इज्जत महफूज नहीं हैगी। ये सारियां गल्लां माँ प्यो जां दादे नाने करदे ने, तो उन्हां एक बेनती, ये बच्चे बैठे ने इन्हां दी जेबां 'च सीसे ने तुहाडियां 'च भी होणगे, जिथे जाना चाहुंदे ने जिथे भेजना चाहुंदे हो उत्थों दीआं सरकारां ने इन्हां पंजां गल्लां बारे लिख के पाया होया कि पंजाब 'च कैंसर बहुत है। हाँ जी बहुत है, सही है, पर जिथे चले हो उत्थे किन्ना वेख लियो। मैं अपने मूँह अंकड़े नहीं कहांगा, जाके लभ लियो आपदे आपे कि अमरीका 'च आस्ट्रेलिया 'च कनेडा 'च किन्ने लोग मरते कैंसर नाल, किन्ने लोग मरते दिल का दौरा पैके, किन्ने मरते नशा करके, उन्हां थावां दे गैंगस्टर किन्ने ने, उत्थे भुखमरी किन्नी है। आपदे मूँह मैं तुहानूं कुछ भी नहीं कहांगा, जाके वेख लियो फरोल के, जिन्हों जिन्हों अंग्रेजी पढ़नी आती है। तुहानूं दो मुख बहुत छोटियां मिसालां दिंदा, कुछ चिर पहलां कनेडा दे एक शहर दे एक बंदे ने नौकरी तो अस्तीफा दिता फूड बैंक दी, तो उन्हें यह आके दिता कि इत्थे भुखमरी पैण वाली है, लोगों ने एक वेले की रोटी घटाती है, जिहड़े तीन वेले खाते से दो वेले दे आ गए, जिहड़े एक वेले तीन रोटियां खाते दो खाण लग गए। इदां दीआं गल्लां कि उत्थे 15 वरे पहलां 200-250 टोले सीगे बदमाशां दे, जिन्हां नूं कहिंदे ने गैंगस्टर, वह 15 सालां बाद वध के 200-250 तों 1000 हो गए, ते जिन्ने गोली चल के मरदे ने उन्हां चों अद्धे जवाक साडे ही हुंदे ने, खास करके कनेडा 'च। ये तुहानूं मैं तां दस रहा गुरु घर 'च खड़ के कि साडे बहुत सारे ये मन 'च बस गया जवाकां दे भी मापिआं दे भी कि सुरग चले ने। मैं जो तुहानूं कहना चाहुंदा वो ये कि अपने जवाकां नूं सौखे रखना खुश रखना इच्छा सब दी हुंदी है, पर सच ये नहीं है। दुख सुख दोए, दुख सुख दोए जी, हाँ वो दुख सुख दे कपड़े दोने पौने ने जी, पहनगे धियां पुत्तां नूं यह बनाओ कि वह दुखां नूं झल्लण, वह मुसीबतां दा सामना करन, जिन्हां दी अरदास करदियां जिवें उन्हां ने कीता। अपने बच्चों नूं तकड़े बनाओ, चंगे बनाओ, तां कि जिथे मर्जी जाओ मौत आएगी, बीमारी भी आएगी, मुश्किल भी आएगी, बच नहीं सकता कोई भी। फिर इत्थों जवाक भजाया की इहदी जिम्मेदारी है कि दुखी नहीं होगा,
ਜ਼ਿੰਮੇਦਾਰੀ ਇਸ ਗੱਲ ਦੀ ਕਰੋ ਕਿ ਉਹਨੂੰ ਇਹੋ ਜਿਹਾ ਸਿਖਾਓ ਕਿ ਮੁਸ਼ਕਲ ਪਵੇ। ਇੱਥੇ ਪਿੱਛੇ ਪਤਾ ਨਹੀਂ ਟਿੱਡੀ ਜਾਂ ਚੂਹੀ ਸੀ ਜਵਾਕਾਂ ਦੇ, ਉਹ ਕੁੜੀਆਂ ਸਾਡੀਆਂ ਪਾਸੇ ਹੋਈ ਜਾਂਦੀਆਂ ਸੀ, ਸਿਖਾਉਣ ਦੇ ਉੱਤੇ ਹੀ ਹੈ। ਮੈਂ ਸਭ ਤੋਂ ਕਹਿਣਾ ਉਹ ਤੁਸੀਂ ਦੇਖਿਓ ਅਫਰੀਕਾ ਦੇ ਨਿੱਕੇ ਨਿੱਕੇ ਜਵਾਕ ਏਡੀਆਂ ਏਡੀਆਂ ਸਰਾਲਾਂ ਝੋਲੇ 'ਚ ਪਾਈ ਫਿਰਦੇ ਨੇ ਅਤੇ ਸਾਡੀਆਂ ਕੁੜੀਆਂ ਡਰ ਜਾਂਦੀਆਂ ਚੂਹੀ ਦੇਖ ਕੇ। ਅਸੀਂ ਜੋ ਬੱਚਿਆਂ ਨੂੰ ਬਣਾ ਰਹੇ ਹਾਂ ਉਹ ਸ਼ਬਦਾਂ ਰਾਹੀਂ ਬਣਾ ਰਹੇ ਹਾਂ। ਜਦੋਂ ਬੇਬੇ ਨੇ ਡਰਾਇਆ ਕਿ ਪੁੱਤ ਹੱਥ ਨਾ ਲਾਈ ਵੱਢ ਲੂਗੀ, ਪੁੱਤ ਨੇ ਕਿਉਂ ਹੱਥ ਲਾਉਣਾ ਸੀ? ਠੀਕ। ਜੋ ਸਿਖਾਇਆ ਕਿ ਪੰਜਾਬ 'ਚ ਕੁਛ ਨਹੀਂ ਰਿਹਾ, ਜਦੋਂ ਮਾਂ ਪਿਓ ਕਹੀ ਜਾਂਦੇ ਆ ਕੁਛ ਨਹੀਂ ਰਿਹਾ ਤਾਂ ਜਵਾਕ ਨੇ ਕੀ ਕਰਨਾ ਜੀ? ਇਹ ਦਿਮਾਗਲਾ। ਇਹ ਜਗ੍ਹਾ ਗੁਰੂ ਦੀ ਕਾਸ਼ੀ, ਗੁਰੂ ਦਾ ਵਿੱਦਿਆ ਕਰ ਇਤਿਹਾਸ ਵਜੋਂ ਅਸੀਂ ਇਹਨੂੰ ਕਹਿੰਦੇ। ਅਤੇ ਜਿਹੜੇ ਇੱਥੇ ਪੜ੍ਹ ਰਹੇ ਹਾਂ, ਜਿਹੜੇ ਪੜ੍ਹਾ ਰਹੇ ਹਾਂ, ਜਿਹੜੇ ਵੱਸ ਰਹੇ ਹਾਂ, ਸਾਡੇ ਮਨ 'ਚ ਆਪਣੇ ਧੀਆਂ ਪੁੱਤਾਂ ਦਾ, ਆਪਣੀ ਜ਼ਿੰਦਗੀ ਦਾ ਅਗਲਾ ਖਿਆਲ ਕੀ ਹੈ? ਉਹਦਾ ਗੁਰੂ ਨਾਲ, ਇਸ ਧਰਤੀ ਨਾਲ ਕੀ ਨਾਤਾ ਹੈ? ਤੁਹਾਨੂੰ ਘਰਾਂ 'ਚ ਮਿਲਦੀ ਸਿੱਖਿਆ, ਤੁਹਾਨੂੰ ਇਹਨਾਂ ਅਦਾਰਿਆਂ 'ਚ ਮਿਲਦੀ ਸਿੱਖਿਆ ਕਿੰਨਾ ਜੋੜਦੀ ਹੈ? ਖਾਸ ਕਰਕੇ ਇਸ ਥਾਂ ਦੀਆਂ ਅਦਾਰਿਆਂ ਬਾਰੇ ਤਾਂ ਨਹੀਂ ਕਹਿੰਦਾ ਮੈਂ, ਪਰ ਕੁੱਲ ਮਿਲਾ ਕੇ ਸਾਡੇ ਜਿੰਨੇ ਦੇ ਸਕੂਲ, ਕਾਲਜ, ਯੂਨੀਵਰਸਿਟੀਆਂ ਨੇ, ਉੱਥੋਂ ਪੜ੍ਹ ਕੇ ਸਾਡਿਆਂ ਧੀਆਂ ਪੁੱਤਾਂ ਨੂੰ ਪੰਜਾਬ 'ਚ ਰਹਿਣ ਦੀ ਜਾਂ ਸਿੱਖਾਂ ਵਜੋਂ ਜਿਉਂਦੇ ਰਹਿਣ ਦੀ ਕਿੰਨੀ ਸਿੱਖਿਆ ਮਿਲਦੀ ਹੈ ਤੁਸੀਂ ਸਾਰੇ ਆਪ ਜਾਣਦੇ ਹੀ ਹੋ। ਤਾਂ ਇਸ ਕਰਕੇ ਮੇਰੀ ਪਹਿਲੀ ਬੇਨਤੀ ਸਿੱਖਿਆ ਦੇ ਮਸਲੇ ਤੋਂ ਕਿ ਅਸੀਂ ਸਿੱਖਾਂ ਵਜੋਂ, ਪੰਜਾਬੀਆਂ ਵਜੋਂ ਜਾਂ ਮਨੁੱਖਾਂ ਵਜੋਂ ਆਪਣੀਆਂ ਧੀਆਂ ਪੁੱਤਾਂ ਨੂੰ ਕੀ ਸਿਖਾ ਰਹੇ ਹਾਂ? ਪਹਿਲੀ ਗੱਲ, ਸੁਣਨ ਦਾ ਬਲ ਕਿੰਨਾ ਸਾਨੂੰ ਕਿ ਕੀ ਸੁਣਨਾ ਚਾਹੀਦਾ? ਜਦੋਂ ਮਨੁੱਖ ਜਨਮ ਧਾਰਦਾ ਕਿ ਗੜਾਉਂਦਿਆਂ 6 ਮਾਂ 6 ਮਹੀਨਿਆਂ ਬਾਅਦ ਮਾਤਾ ਦੇ ਗਰਭ 'ਚ ਮਨੁੱਖ ਸੁਣਨਾ ਸਿੱਖ ਜਾਂਦਾ, ਅਤੇ ਤੁਹਾਡੇ ਸਾਰਿਆਂ ਦੀ ਜੇਬ 'ਚ ਇੱਕ ਸੀਸਾ ਹੋਣਾ, ਉਹਨੂੰ ਸਾਰੇ ਜਾਣੇ ਕਾਹਦੇ ਕਾਹਦੇ ਵਾਸਤੇ ਸੁਣਦੇ ਹੈ ਤੁਸੀਂ ਆਪਣੇ ਆਪਣੇ ਮਨ 'ਚ ਝਾਕ ਲਿਓ ਕਿ ਰੋਜ਼ ਦਿਹਾੜੀ ਅਸੀਂ ਉਹਦੇ ਤੋਂ ਕੀ ਸੁਣਦੇ ਹਾਂ? ਜਿਨ੍ਹਾਂ ਨਾਲ ਅਸੀਂ ਗੱਲਾਂ ਕਰਦੇ ਹਾਂ ਮਾਂ ਪਿਓ ਵਜੋਂ, ਵੱਡਿਆਂ ਵਜੋਂ, ਉਹਨਾਂ ਤੋਂ ਕੀ ਸੁਣਦੇ ਹਾਂ, ਉਹਨਾਂ ਨੂੰ ਕੀ ਸੁਣਾਉਂਦੇ ਹਾਂ? ਸੁਣਨਾ ਸਭ ਤੋਂ ਪਹਿਲਾ ਅਮਲ ਹੈ ਸਾਡਾ ਜ਼ਿੰਦਗੀ ਦਾ। ਇੱਥੇ ਬੱਚੀਆਂ ਨੇ ਆਨੰਦ ਸਾਹਿਬ ਦੀ ਉਹ ਪੌੜੀ ਪੜ੍ਹੀ ਹੈ, ਅਖੀਰਲੀ ਪੌੜੀ ਜਿਹੜੀ ਸ਼ੁਰੂ ਹੁੰਦੀ ਆ, ਸਾਰੇ ਇੱਦਾਂ ਹੀ ਪੜ੍ਹਦੇ ਨੇ, ਆਨੰਦ ਸੁਣੋ ਵਡਭਾਗੀਓ। ਜੇ ਧਿਆਨ ਦੇ ਕੇ ਦੇਖੋਗੇ ਆੜਾ, ਨਾਨਾ, ਦੱਦਾ, ਟਿੱਪੀ ਨਹੀਂ ਹੈ, ਅਨਦ, ਅਨਹਦ। ਆਨੰਦ ਸਾਹਿਬ ਪੜ੍ਹੋਂਗੇ ਹਰੇਕ ਪੌੜੀ ਦਾ ਇੱਕ ਰੂਪ ਹੈ, ਜਿਹੜੀ ਗੱਲ ਪਹਿਲੀ ਪੰਕਤੀ 'ਚ ਆਈ ਹੈ ਉਹ ਅਖੀਰਲੀ 'ਚ ਵੀ ਆਈ ਹੈ। 40 ਦੀਆਂ 40 ਪੌੜੀਆਂ 'ਚ ਇੱਦਾਂ ਹੀ ਤਰਤੀਬ ਹੈ। ਅਖੀਰਲੀ ਪੌੜੀ 'ਚ ਅਖੀਰਲੀ ਪੰਕਤੀ ਬਾਜੇ ਅਨਹਦ, ਬਾਜੇ ਅਨਹਦ, ਪਹਿਲੀ ਪੰਕਤੀ ਵੀ ਉਹਦੀ ਇਹੀ ਹੈ, ਆਨੰਦ ਸੁਣੋ। ਜਦੋਂ ਗੁਰੂ ਬਾਣੀ ਸੁਣਨ ਦੇ, ਪੜ੍ਹਨ ਦੇ ਮਸਲੇ 'ਚ ਵੀ ਸਾਡੇ ਤੋਂ ਚੁੱਕ ਹੁੰਦੀ ਹੈ ਤਾਂ ਅਸੀਂ ਹੋਰ ਕਿਹੜੀ ਗੱਲ ਨੂੰ ਧਿਆਨ ਨਾਲ ਸੁਣ ਸਕਦੇ ਜਾਂ ਪੜ੍ਹ ਸਕਦੇ? ਸਿੱਖਣ ਦਾ ਬੁਨਿਆਦੀ ਨੁਕਤਾ ਸੁਣਨਾ। ਇਹ ਇਸ ਕਰਕੇ ਵੀ ਬੁਨਿਆਦੀ ਹੈ ਕਿ ਸ਼ਬਦ ਗੁਰੂ ਹੈ। ਜੇ ਸ਼ਬਦ ਨੂੰ ਪੜ੍ਹਨਾ ਹੋਵੇ, ਕਾਗਜ਼ ਚਾਹੀਦਾ, ਚਾਨਣ ਚਾਹੀਦਾ, ਤੁਹਾਡੇ ਕੋਲ ਮਨੁੱਖਾਂ ਵਜੋਂ
ਪੜ੍ਹਨ ਦੀ ਯੋਗਤਾ ਚਾਹੀਦੀ ਹੈ। ਸੁਣਨਾ ਸਾਰਿਆਂ ਜੀਵਾਂ ਦਾ ਗੁਣ ਹੈ। ਕੁੱਤੇ ਬਿੱਲੀਆਂ ਵੀ ਸੁਣਦੇ ਨੇ। ਇੱਦੋਂ ਵੀ ਅਗਾਂਹ ਜਿਹੜੇ ਵਿਗਿਆਨ ਪੜ੍ਹਦੇ ਦੱਸਦੇ ਹੈ, ਕੰਧਾਂ ਕੋਲ ਵੀ ਸੁਣਦੇ ਨੇ। ਸੁਣਨਾ ਸਾਰੀ ਕਾਇਨਾਤ ਦਾ ਬੁਨਿਆਦੀ ਲੱਛਣ ਹੈ। ਸਿੱਖਣ ਵਜੋਂ ਅਸੀਂ ਆਪ ਸੁਣਨ ਨੂੰ ਕਿੰਨਾ ਸਿੱਖਦੇ, ਆਪਣੀਆਂ ਧੀਆਂ ਪੁੱਤਾਂ ਨੂੰ ਕਿੰਨਾ ਸਿਖਾਉਂਦੇ ਹਾਂ। ਦੂਜਾ ਕਿ ਜਿਹੜਾ ਸ਼ਬਦ ਹੈ, ਇਹ ਸੁਣਨ ਦਾ ਮਸਲਾ ਤਾਂ ਹੈ, ਸੁਣ ਕੇ ਅਸੀਂ ਇਹਦਾ ਕੀ ਕਰਦੇ। ਅਗਲਾ ਸਵਾਲ ਇਹ, ਐ ਕੰਨੋਂ ਪਿਆ ਇੱਧਰ ਨਿਕਲਿਆ, ਐ ਕੰਨੋਂ ਪਿਆ ਮੂੰਹੋਂ ਨਿਕਲਿਆ, ਕੰਨੀ ਪਿਆ ਮਨ ਵਸਿਆ, ਕਿੱਦਾਂ? ਇਹ ਦੁਨੀਆ ਦੀ ਆਮ ਸਮਝ ਦੱਸਦੀ ਸਾਡੇ ਕਿਰਦਾਰ ਨੂੰ ਕਿ ਸੁਣਨ ਤੋਂ ਬਾਅਦ ਅਸੀਂ ਕੀ ਕਰਦੇ। ਪਰ ਜੋ ਮੈਂ ਪੜ੍ਹਾਈ ਪੜ੍ਹ ਕੇ ਆਇਆ ਉਹ ਇਹ ਦੱਸਦੀ ਕਿ ਜਿਹੜਾ ਸ਼ਬਦ ਕੰਨੀ ਪੈ ਗਿਆ ਇਹ ਮੁੜ ਕੇ ਨਿਕਲਦਾ ਨਹੀਂ ਹੈ। ਤੁਸੀਂ ਜੋ ਵੀ ਗਾਲ ਸੁਣੀ, ਜੋ ਵੀ ਬੁਰੇ ਵਚਨ ਸੁਣੇ, ਜੋ ਬੁਰੇ ਵਚਨ ਬੋਲੇ, ਉਹ ਸਭ ਸਾਡੇ ਅੰਦਰ ਰਹਿੰਦੇ ਮਰਨ ਤੱਕ, ਭਾਵੇਂ ਸਾਨੂੰ ਯਾਦ ਨਹੀਂ ਰਹਿੰਦੇ। ਅੱਜ ਜੋ ਸਾਡਾ ਅਗਲੀ ਪੀੜ੍ਹੀ ਦਾ ਸਾਡੀ ਦਾ ਖਾਸ ਕਰਕੇ ਇੱਥੇ ਪੰਜਾਬ 'ਚੋਂ ਜਾਣ ਦਾ ਜੀ ਕਰਦਾ, ਜਾਂ ਉਹਨਾਂ ਦਾ ਨਸ਼ਿਆਂ ਜਾਂ ਲੜਾਈਆਂ ਦਾ ਰੁਝਾਨ ਹੈ, ਉਹਦਾ ਸਾਡੇ ਸਿੱਖਣ ਨਾਲ ਸੰਬੰਧ ਹੈ, ਉਹਦਾ ਸੁਣਨ ਨਾਲ ਵੀ ਸੰਬੰਧ ਹੈ, ਉਹਦਾ ਸ਼ਬਦਾਂ ਦੇ ਬੋਲਣ ਨਾਲ ਵੀ ਸੰਬੰਧ ਹੈ। ਕਿਉਂਕਿ ਜਿਹੜਾ ਸਾਡਿਆਂ ਮਨਾਂ 'ਤੇ ਇੱਕ ਵਾਰ ਅਸਰ ਸ਼ਬਦਾਂ ਦਾ ਪੈ ਗਿਆ, ਉਹ ਸਾਨੂੰ ਭੁੱਲ ਸਕਦੀ ਗੱਲ, ਪਰ ਉਹਦਾ ਅਸਰ ਨਹੀਂ ਮਿਟਦਾ। ਭਗਤ ਕਬੀਰ ਜੀ ਦਾ ਇੱਕ ਸਲੋਕ ਹੈ ਕਿ ਚੋਟ ਜੋ ਲਾਗੈ ਸੇਲ ਕੀ ਲਾਗਤ ਲੇ ਉਸਾਸ, ਜੇ ਕਿਸੇ ਦੇ ਵਰਸ਼ਾ ਵੱਜੇ ਤਾਂ ਬੰਦਾ ਕੱਢ ਲੈਂਦਾ। ਚੋਟ ਸੁਹਾਰੈ ਸ਼ਬਦ ਕੀ ਤਾਸ ਗੁਰੂ ਮੈਂ ਦਾ, ਜੋ ਸ਼ਬਦ ਦੀ ਮਾਰ ਹੈ ਧਰਮ 'ਚ ਵੀ ਦੁਨੀਆਂ ਦੇ ਵਿੱਚ ਵੀ, ਜਿਹੜਾ ਅਸੀਂ ਪਹਿਲਾਂ ਉਹ ਸੁਣਦੇ ਹਾਂ ਰਜਬਲੀ ਨੂੰ ਕਿ ਤਾਨਾ ਗਾਲ ਧੀ ਦੀ ਫੱਟ ਮਿਲਣ ਨਾ ਕਿਆਮ ਤਾਂ ਤੀਕ ਚਾਰੇ, ਸ਼ਬਦ ਦੀ ਮਾਰ ਹੈ ਜਿਹੜੀ ਉਹ ਕਿੰਨੀ ਵੱਡੀ ਹੈ। ਇਹ ਜਿੰਨਾ ਸ਼ਬਦਾਂ ਨੂੰ ਦੁਨੀਆਦਾਰਾਂ ਵਜੋਂ ਸਮਝ ਗਏ ਅਸੀਂ ਓਨਾ ਹੀ ਪੜ੍ਹੇ ਹਾਂ। ਉਹ ਜਿੱਦਾਂ ਵੀਰ ਨੇ ਕਿਹਾ ਕਿ ਮੈਂ PhD ਕੀਤੀ ਹੈ, ਉਹ ਦੁਨੀਆ ਦਾ ਤਰੀਕਾ ਇੱਕ, ਪਰ ਪੜ੍ਹਿਆ ਮੈਂ ਓਨਾ ਹੀ ਮੰਨਿਆ ਜਾਊਂ ਜਿੰਨਾ ਮੈਨੂੰ ਸ਼ਬਦਾਂ ਦੀ ਇੱਜ਼ਤ ਆਉਂਦੀ ਹੈ। ਤੁਹਾਡੇ ਮਨ 'ਚ ਤੁਹਾਡਿਆਂ ਸ਼ਬਦਾਂ ਦੀ ਕਿੰਨੀ ਇੱਜ਼ਤ ਹੈ, ਓਨੀ ਤੁਹਾਡੀ ਇੱਜ਼ਤ ਹੈ। ਅਸੀਂ ਜੋ ਮੂੰਹੋਂ ਕਹਿੰਦੇ ਹਾਂ, ਮੰਨ ਲਓ ਮੈਂ ਬੋਲ ਰਿਹਾ, ਕੋਈ ਸੁਣ ਕੇ ਹੱਸ ਰਿਹਾ, ਉਹ ਜੋ ਹੱਸ ਰਿਹਾ, ਉਹ ਜੋ ਬੋਲ ਰਿਹਾ, ਉਹਦੀ ਆਪਣੇ ਅੰਦਰ ਵਸਦੀ ਕੀਮਤ ਹੈ। ਸਾਡਿਆਂ ਸ਼ਬਦਾਂ ਦੇ ਵਿੱਚ ਹੀ ਸਾਡੀ ਇੱਜ਼ਤ ਵਸਦੀ ਹੈ। ਅਸੀਂ ਜਦੋਂ ਦੂਜੇ ਨੂੰ ਕਹਿੰਦੇ ਹਾਂ ਕਿ ਫਲਾਨਾ ਮਾੜਾ, ਉਹ ਗੰਦਾ, ਗਾਲਾਂ ਕੱਢਦੇ ਹਾਂ ਉਹਦੀ ਪਿੱਠ ਪਿੱਛੇ, ਅਤੇ ਕਹਿੰਦੇ ਇਹ ਹਾਂ ਉਹਨੂੰ ਅਕਲ ਨਹੀਂ ਹੈ, ਆਪਾਂ ਦੋਨੇ ਰਲ ਕੇ ਸਿਆਣੇ ਇਹ ਕਮਲੇ ਦੀ ਨਿੰਦਿਆ ਕਰੀਏ, ਇਹ ਤਾਂ ਪਤਾ ਲੱਗਦਾ ਕਿ ਸਾਡੇ ਅੰਦਰ ਆਪਣੀ ਇੱਜ਼ਤ ਕਿੰਨੀ ਹੈ। ਸਾਡੀ ਸਾਰਿਆਂ ਦੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਹਿੱਸਾ ਦੂਜਿਆਂ ਬੰਦਿਆਂ ਦੀ ਨਿੰਦਿਆ 'ਚ ਜਾਂਦਾ, ਫਲਾਨਾ ਲੀਡਰ ਮਾੜਾ, ਫਲਾਨਾ ਬਾਬਾ ਮਾੜਾ, ਉਹ ਮਾੜਾ ਅਤੇ ਮੈਂ ਚੰਗਾ। ਮੇਰੇ ਮੂੰਹੋਂ ਨਿਕਲਦੇ ਸ਼ਬਦ ਦੱਸਦੇ ਨੇ ਕਿ ਕਿੰਨਾ ਚੰਗਾ, ਮੇਰੇ ਮੂੰਹੋਂ ਨਿਕਲਦੇ ਸ਼ਬਦ ਦੱਸਦੇ ਕਿ ਮੈਂ ਕਿੰਨਾ ਕੁ ਚੰਗਾ। ਸਿੱਖਣ ਦੇ ਵਿੱਚ ਸੁਣਨਾ ਸਭ ਤੋਂ ਮੂਲ, ਉਦੋਂ ਬਾਅਦ ਬੰਦਿਆਂ ਵਾਲੀ ਗੱਲ ਇਹ ਕਿ ਜੋ ਸੁਣਿਆ ਸ਼ਬਦ ਵਜੋਂ ਉਹਦੀ ਸਾਡੇ ਅੰਦਰ ਕਿੰਨੀ ਕੁ ਇੱਜ਼ਤ ਹੈ, ਹਰ ਤਰ੍ਹਾਂ ਦੇ ਸ਼ਬਦ ਦੀ।
मिसाल वजो इत्थे जिहड़े मुंडे कुड़ियां बैठे ने वह दुनियादारां सामने अपने माँ प्यो नूं मूँह माँ प्यो नहीं कह सकते। मैं किन्ने मुंडियां नूं मिलदा बहुत बार पुछदा जाण के कि जे नाल तुहाडे कुड़ी जांदी पुछो कौण है, तो भैण नहीं कहा जाता मूँहों सिस्टर है, भैणा नाल भरा जांदे हुण ते मूँहों भरा नहीं कहा जाता ब्रदर है। माँ प्यो ना होवे तां इह नहीं कहिंदे कि गुरु नूं प्यारे हो गए जां अकाल चलाना कर गए एक्सपायर हो गए। साडे अंदर रिश्ते शब्दां नाल बसदे, साडे मूँहों निकले शब्द दसदे। इन्ने इन्ने बच्चों सिखाने भी माँ नूं माँ ना कह, माँ नूं मम्मी कह, प्यो नूं प्यो ना कह। निक्के निक्के बच्चों के मन ते बगाने शब्दों के पत्थर धरदे, मुड़ के कहने कि जवाक किहे जा निकल गया। ए सिखण वजों पहली शर्त कि अपनियां धियां पुत्तां नूं किहड़ा नां देना है, किहड़ा शब्द देना है, किहड़ा रिश्ता देना है, ये सारी दुनिया च सारे थां दे उत्ते इक्को जिन्ना मुल्लवान है। जिहड़ी मर्जी पढ़ाई पढ़न, ये जिहड़ी मर्जी कोई डिग्री लै जाण, नौकरी लैण, इत्थे रहण, जिथे मर्जी जाण, इक्को एक सवाल कि तुहाडे अंदर की वसिया होया शब्दां वजों, तुहाडे अंदर रिश्तियां दी किहे जी इज्जत है, ये तय करदी है कि असीं की हाँ जां असीं की बणांगे। चाहे कोई मुख्यमंत्री बन जाए, प्रधानमंत्री बन जाए, सिंह साहब बन जाए, कोई फर्क नहीं। फर्क इस गल च है मूहों निकलदे शब्द कैसे ने, उसी बंदे दी औकात है। शब्द हर रूप च गुरु है साडा, तो इस करके पहली बेनती सीखण दे मसले च ये है कि पहला शब्द का सत्कार सीखना है दुनियादारां वजों। अगली गल है गुरु दे सत्कार दी शब्द वजों कि असीं गुरबाणी नितनेम पढ़दे करदे किवें करदे, उहनू किवें करदे। मनुखा जीवन दे विच जदों आपदे आप नू सिख मन लिया तां सिख दा सब तो बड़ा अमल की है रोजाना का, नितनेम पाठ। हर बाबे दे डेरे ते किन्ने किन्ने लोग जांदे एक गल बदले। मैं कुछ थावां ते देखिया कोई पंजाब तो बाहर बाबा जिहड़ा सिख भी नहीं है, पंजाबी भी नहीं है, कुछ सिख बंदे उहदे दरबार गए हुए ने रब नूं प्राप्त करन वास्ते। कादे करके कि बाणी पढ़ के समझ नहीं आउंदी। पंजाब च जम्मिया नूं सिख बणिया नूं बाणी समझ नहीं आउंदी। क्यों नहीं आउंदी? बाबे नूं पुछण जाओ, किसे नूं, किसे स्याणे नूं पुछण जाओ, आपदे आप नूं पुछो जी। गुरु दे होण दा दावा लै लिया, नाता है नहीं, किसे कोले दा उत्तर नहीं हो सकदा। उत्तरे दा इस गल च है कि असीं बाणी किस तरह पढ़दे हां। जे बाणी पढ़न दा वल नहीं है तां सिख होण दा दावा किवें पूरा होएगा? अज कल जिदा वीर ने कहा कि उह शीशे ते मैनूं देख लिया उहने, इदां मेरे वर्गियां नूं शीशे ते वेख के जिहड़ा कोई सिख बणूगा किन्ना कु पक्का होएगा? अज बंदे दीआं गल्लां चंगीआं लगीआं, कल नूं बुरियां लगनगियां। बंदे नूं बंदा किन्ना कु पसंद आ सकदा है? नेड़े जाओगे, नाल रहोगे, नुक्स दिसणगे उहदे, उहदे तों मन भर जाएगा। जिहड़े साडे धीआं पुत अखबारां नूं पढ़ के राजनीति गल्लां सुण के वी सिखां नाल धक्का हो रहा है, बहुत जुल्म हो रहा, आज़ादी लएंगे, वो ठीक गल, पर उहदी जड़ कित्थे? जे सिख होण दा राह खबरां ने खबरां बदलियां, तुहाडे मन दा ख्याल बदल जाएगा। जे इतिहास पढ़ के लग्गिया कि साडे वडेरे सूरमे सी, चलो जी मैं भी बन गया सूरमा, ये भी गलत है, इदां भी गल पुगदी नहीं है।
गल शुरू गुरु तो होंदी है, गुरु नाल जुड़न तो है। जे सिख होण दे दावे ते बावजूद बाणी समझ नहीं आउंदी जां मन नहीं लगदा तां पहला सवाल कि सुनन दा बल नहीं आया, पढ़न दा बल नहीं आया, ते फिर उत्थे ध्यान देईए। उहदे ते बहुत छोटी बेनती करनी तुहानूं कि पहला जदों असीं अंग्रेजी स्कूलों पढ़ के, अंग्रेजी का मतलब जिमें अंग्रेजा ने सिक्ख्या बनाई, तुहाडा अकाल खुलिया, जिमें बंदे पंजाबी पढ़न सीख गए तो वहम हो गया कि मैं गुरबाणी भी पढ़ सकदा, उही 35 अक्षर ने, उही 9 लगा ने, उही 4 मात्रावां ने। ठीक, तो इदां बाणी पढ़नी शुरू कर ली बिना मर्यादा, बिना संथ्या दे। ये पहला फर्क है, जदों बिना संथ्या पढ़नी शुरू कर दे, रब की कृपा करोड़ों के कदे ते होनी है, बाकियां नूं मर्यादा कमाउणी पैंदी है। तो ये पहली गल है कि जिन्हें जिन्हें पाठ करना सीखना है वे बाणी समझ आवे, उहदे च ये शर्त है कि बाणी पढ़नी सीखनी है, बाणी पढ़न सीखनी, संथ्या लैनी है। दूसरा, जिहड़े भी युग च जमदे आ लोक, हरेक नूं इको दुनिया तों सिक्ख्या मिल जाती है कि बहुत कम है, बहुत कहाल है। मेरे ताए होने कणक वढ़दियां राती उत्थों नठ के दमदम साहब की विसाखी नहाउण आए, सवेर नूं वापस गए। हुण गड्डियां ने, मैं एक घंटे उत्थों इत्थे आ जाना, पर फिर भी लोगों को समा नहीं है। अगे जिन्ना समा बंदे नूं दमदमा साहब तो आनंदपुर साहब का जाण दा लगदा सी, वो पहला नाल घट गया, गड्डियां तेज हो गई ने, पर लोगों को समा फिर नहीं है। पिछले 20 सालां च हरेक दी जेब सीसा आ गया। सरकार कहिंदी कि 2016 तिकर पंजाब दे लोक लगभग 1.25 घंटे तो 1.25 घंटा फोन रोज़ वेखते सी, अज 7 सालां बाद 2.5 घंटे वेखण लग गए। यह अंदाजा है कि जिहदे हाथ च भी वो समार्टफोन है वो लगभग 2.5 घंटे रोज़ देखदा। यह समा कित्थों आ गया? ये जिंदगी बारे जिहड़ी समझ है यही ही बाणी पढ़न नहीं दिंदी, ये समझ ही पढ़ के समझ नहीं आउण दिंदी, ये समझ ही अर्थ पढ़ के भी मन नहीं लगन दिंदी, क्योंकि जिहड़ी समें बारे समझ है उही समझ जिंदगी बारे है। समा ते जिंदगी दो नहीं हन भी मैं थोड़ा जिहा समा होते जाया वा, मैं 2 घंटे फोन देखदा, नहीं, गल गलत। 2 घंटे फोन नहीं देखता, 2 घंटे जिंदगी गालदा, 2 घंटे जिंदगी दाते लाउंदा। समय का मतलब घड़ी नहीं है, समय का मतलब जिंदगी है। सिखां दे विद्वान 80 साल लड़दे रहे, महला कहना है कि महिला कहना है, महल्ले ते महल्ले का फर्क की करते सी, भी एक महल्ले मैंने शहर हुंदा, थां हुंदा, महिला मैंने शरीर हुंदा। सिंधी का शब्द है महला, उहदे मैंने बारी हुंदी है, समा हुंदा उहदे मैंने। गुरु ने सानू अपने रूप नूं समय च जनाया, थां च नहीं जनाया। इस करके जिंदगी बारी है, जिंदगी समा है। जो समझ है कि समा की है, उही समझ ये है कि जिंदगी की है, उही समझ ये है कि सिक्खी की है। जिहड़ा सीखना है वो अगला सीखण ये सीखना है कि शब्द राही दुनिया नूं जानना है, तो जानण दे विच जिहड़ी गल सब तो मूल है वो यही है कि जिंदगी की है। दुनिया के महाग्रंथां च भी यही सवाल है कि जिंदगी की है। मैं सौखे तुहानूं कहना कि जो तुहाडी समझ समें बारे है उही जिंदगी बारे है।
ਸਾਡੇ ਧੀਆਂ ਪੁੱਤ ਇੰਨਾ ਸਮਾਂ ਭਾਵ ਇੰਨੀ ਜ਼ਿੰਦਗੀ ਸੀਸੇ 'ਤੇ ਕਿਉਂ ਗਾਲਦੇ ਨੇ? ਕਿਉਂਕਿ ਇਹ ਸਮਝ ਇਹ ਹੈ ਕਿ ਖਾਓ ਪੀਓ ਐਸ਼ ਕਰੋ, ਜ਼ਿੰਦਗੀ ਇਸ ਕੰਮ ਲਈ ਹੈ। ਜਦੋਂ ਇਹ ਖਿਆਲ ਸਮਝ ਬਣੀ ਹੋਈ ਹੈ ਜ਼ਿੰਦਗੀ ਬਾਰੇ, ਤਾਂ ਜਿਹੜਾ ਪਾਠ ਕਰਨਾ ਹੈ, ਤਾਂ ਪਾਠ ਕਰਨਾ ਕੀ ਹੈ? ਪਾਠ ਕਰਨਾ ਇੱਕ ਡਿਊਟੀ ਹੈ, ਪਾਠ ਕਰਨਾ ਇੱਕ ਜ਼ਿੰਮੇਦਾਰੀ ਹੈ। ਜੇ ਸਿੱਖਾਂ ਵਜੋਂ ਸਮਝ ਬਣੇ ਤਾਂ ਪਾਠ ਕਰਨਾ ਡਿਊਟੀ ਨਹੀਂ ਹੈ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਠੀਕ, ਪਾਠ ਇਹ ਹੈ। ਜੇ ਮਨ 'ਚ ਇਹ ਖਿਆਲ ਵਸੇ ਕਿ ਪਾਠ ਇਹ ਹੈ, ਤੁਹਾਨੂੰ ਕੀ ਲੱਗਦਾ ਕਿ ਕਿਸੇ ਕੋਲ ਪੁੱਛਣ ਜਾਣਾ ਪਏਗਾ? ਮਨ ਲੱਗਦਾ ਕਿ ਨਹੀਂ ਲੱਗਦਾ? ਨਹੀਂ ਲੱਗੇਗਾ। ਇਸ ਕਰਕੇ ਜਦੋਂ ਪਾਠ ਕਰਨਾ ਤਾਂ ਉਹਦੇ ਬਾਰੇ ਜਿਹੜਾ ਸਮਝ ਹੈ ਉਹ ਇਸ ਗੱਲ ਨਾਲ ਜੁੜੀ ਹੋਈ ਹੈ ਕਿ ਜ਼ਿੰਦਗੀ ਨੂੰ ਕੀ ਸਮਝਦੇ ਹਾਂ। ਇਦੋਂ ਅਗਲਾ ਕਿ ਸਾਡੇ ਜਿੰਨੇ ਰਿਸ਼ਤੇ ਨਾਤੇ ਨੇ ਦੁਨੀਆ 'ਚ, ਸਾਨੂੰ ਕਿਹੜਾ ਰਿਸ਼ਤਾ ਪਿਆਰਾ ਲੱਗਦਾ ਅਤੇ ਕਿਉਂ ਪਿਆਰਾ ਲੱਗਦਾ? ਲੋਕ ਕਹਿੰਦੇ ਆ ਕਿ ਹਾਣੀ ਨੂੰ ਹਾਣ ਪਿਆਰਾ। ਠੀਕ, ਸਾਨੂੰ ਆਪਣੇ ਵਰਗੇ ਬੰਦੇ ਚੰਗੇ ਲੱਗਦੇ ਆ, ਆਪਣੇ ਸੁਭਾਅ ਦੇ, ਆਪਣੀ ਉਮਰ ਦੇ। ਤਾਂ ਸਾਨੂੰ ਗੁਰੂ ਬਾਰੇ ਕੀ ਖਿਆਲ ਆਉਂਦਾ ਕਿ ਸਾਡਾ ਗੁਰੂ ਨਾਲ ਰਿਸ਼ਤਾ ਕੈਸਾ ਹੈ? ਪਾਠ ਕਰਨਾ ਗੁਰਬਾਣੀ ਦਾ ਤਾਂ ਉਹਦੇ ਨਾਲ ਰਿਸ਼ਤਾ ਕੈਸਾ ਸਾਡਾ? ਜੇ ਮਨ 'ਚ ਉਹਦਾ ਖਿਆਲ ਇਹ ਹੈ ਕਿ ਇਹ ਗੁਟਕਾ ਹੈ ਅਤੇ ਮੈਂ ਬੰਦਾ, ਰਿਸ਼ਤਾ ਕੀ ਬਣਿਆ? ਜਿਹੇ ਜਾ ਸਕੂਲ ਦੀਆਂ ਕਿਤਾਬਾਂ ਨਾਲ ਬਣਿਆ। ਅਸੀਂ ਸਰਕਾਰੀ ਸਕੂਲੇ ਪੜ੍ਹੇ ਅਤੇ ਸਾਨੂੰ ਗੁਰਬਾਣੀ ਪੜ੍ਹਾਈ ਕਿਤਾਬ ਦੇ ਹਿੱਸੇ ਵਿੱਚ, ਦਸਵੀਂ ਦੀ ਕਿਤਾਬ ਸੀ, ਉਹਦੇ 'ਚ ਦੋ ਵਰਕਿਆਂ 'ਤੇ ਬਾਣੀ ਲਿਖੀ ਹੋਈ ਸੀ। ਪੜ੍ਹਾਉਣ ਵਾਲੇ ਦਾ ਸਿਰ ਨੰਗਾ ਸੀ, ਅਸੀਂ ਮੇਜ਼ਾਂ 'ਤੇ ਬੈਠ ਕੇ ਪੜ੍ਹੀ, ਜੋੜੇ ਪਾਏ ਹੋਏ ਸੀ। ਤਾਂ ਸਾਡਾ ਅਤੇ ਬਾਣੀ ਦਾ ਰਿਸ਼ਤਾ ਕੀ ਸੀ? ਜਦੋਂ ਸਿੱਖਾਂ ਨੇ ਬਾਣੀ ਪੜ੍ਹਨੀ, ਜੇ ਆਪਣੇ ਆਪ ਨੂੰ ਬੰਦਾ ਸਿੱਖ ਮੰਨਦਾ ਤਾਂ ਗੁਰੂ ਨਾਲ ਰਿਸ਼ਤਾ ਗੁਰੂ ਵਾਲਾ, ਗੁਰੂ ਮੇਣੇ ਸਭ ਤੋਂ ਵੱਡਾ, ਸਭ ਤੋਂ ਵੱਡਾ ਕਿ ਸਭ ਤੋਂ ਵੱਡਾ ਸਤਿਗੁਰ ਨਾਮ। ਤਾਂ ਸਭ ਤੋਂ ਵੱਡੇ ਨਾਲ ਜੋ ਰਿਸ਼ਤਾ ਹੈ ਉਹ ਕਿਵੇਂ ਹੁੰਦਾ? ਉਹਦੇ ਨਾਲ ਗੱਲ ਕਿੱਦਾਂ ਹੁੰਦੀ ਹੈ? ਜੀ ਕਹਿ ਕੇ ਬੁਲਾਈਦਾ, ਉਹ ਕਹਿ ਕੇ ਬੁਲਾਈਦਾ, ਕਿੱਦਾਂ ਹੁੰਦਾ ਰਿਸ਼ਤਾ ਆਪਣੇ ਤੋਂ ਵੱਡੇ ਨਾਲ? ਉਹਦੇ ਨਾਲ ਗੱਲ ਕਿੱਦਾਂ ਹੁੰਦੀ ਹੈ? ਜੇ ਮਨ ਵਿੱਚ ਗੁਰਬਾਣੀ ਗੁਰੂ ਦਾ ਖਿਆਲ ਗੁਰੂ ਵਜੋਂ ਹੈ ਤਾਂ ਫਿਰ ਇਹ ਸਵਾਲ ਨਹੀਂ ਆਏਗਾ ਕਿ ਮਨ ਨਹੀਂ ਲੱਗਦਾ, ਇਹ ਫਿਰ ਇਹ ਗੱਲ ਹੀ ਨਹੀਂ ਆਏਗੀ ਵਿੱਚ। ਤਾਂ ਇਹ ਅਗਲੀ ਗੱਲ ਹੈ ਕਿ ਆਪਣਾ ਆਪਾ ਦੇਖਣਾ ਕਿ ਮੈਨੂੰ ਜ਼ਿੰਦਗੀ ਕੀ ਲੱਗਦੀ ਹੈ। ਇੱਕ ਨੌਕਰੀ ਲੈ ਲਾਂ ਪੜ੍ਹ ਕੇ ਮੈਂ 20-25 ਹਜ਼ਾਰ ਦੀ, ਜੇ ਜ਼ਿੰਦਗੀ ਇਵੇਂ ਹੀ ਹੈ ਤਾਂ ਇਹਦੇ 'ਚ ਪਾਠ ਕਿੱਥੇ ਹੋਇਆ? ਪਾਠ ਇਹਦੇ 'ਚ ਕਿਰਿਆ ਹੋਈ ਜਿਹਦੇ ਰਾਹੀਂ ਆਪਦੀ ਸੁੱਖਣਾ ਸੁੱਕੀ ਜਾਂਦੀ, ਬਾਬਾ ਮੈਨੂੰ ਪੱਕਾ ਕਰ ਦੇ, ਬਾਬਾ ਮੈਨੂੰ ਨੌਕਰੀ ਦਵਾ ਦੇ, ਬਾਬਾ ਆਹ ਕਰ ਦੇ, ਬਾਬਾ ਵਾਹ ਕਰ ਦੇ। ਤੁਹਾਡਾ ਅਤੇ ਬਾਬੇ ਦਾ ਰਿਸ਼ਤਾ ਹੋਇਆ ਦਲਾਲ ਦਾ, ਇਹਦੂ ਵੱਧ ਨਹੀਂ ਫਿਰ ਹੋਏਗਾ। ਗੁਰੂ ਨਾਲ ਰਿਸ਼ਤਾ ਗੁਰੂ ਵਾਲਾ ਮਨ 'ਚ ਵਸਿਆ ਹੀ ਨਹੀਂ ਹੈ ਅਤੇ ਪਾਠ ਕਿਉਂ ਚੰਗਾ ਲੱਗੇਗਾ, ਪਾਠ ਕਿਉਂ ਸਮਝ ਆਏਗਾ? ਇਸ ਤੋਂ ਅਗਲਾ, ਜਦੋਂ ਅਸੀਂ ਆਪਣੇ ਤੋਂ ਵੱਡੇ ਨਾਲ ਗੱਲ ਕਰਦੇ ਤਾਂ ਕਿਵੇਂ ਕਰਦੇ? ਅਸੀਂ ਆਪਣੇ ਬੱਚੇ ਨੂੰ ਕੋਈ ਗੱਲ ਸੁਣਾਉਂਦਾ ਸਾਨੂੰ, ਅਸੀਂ ਆਪਦਾ ਕੰਮ ਕਰੀ ਜਾਂਦੇ ਹਾਂ, ਉਹਨੂੰ ਹਾਂ ਹੂੰ ਕਰਦੇ ਰਹਿੰਦੇ ਹਾਂ, ਹਾਂ ਹਾਂ ਠੀਕ ਠੀਕ, ਹਾਂ ਠੀਕ। ਕਿਉਂ? ਕਿਉਂਕਿ ਉਹ ਸਾਡੇ ਤੋਂ ਛੋਟਾ ਹੈ। ਜੇ ਤੁਹਾਡੇ ਘਰੇ ਥਾਣੇਦਾਰ ਆ ਜੇ ਤਾਂ ਕਿਵੇਂ ਗੱਲ ਕਰੋਗੇ ਉਹਦੇ ਨਾਲ? ਆਪਦਾ ਕੰਮ ਕਰਦੇ ਕਰਦੇ ਨਹੀਂ, ਪੂਰਾ ਧਿਆਨ ਦੇ ਕੇ ਹਾਂਜੀ। ਅਤੇ ਸਭ ਤੋਂ ਵੱਡਾ ਕੌਣ? ਗੁਰੂ। ਫਿਰ ਗੁਰੂ ਨਾਲ ਗੱਲ ਕਿੱਦਾਂ ਹੋਵੇ? ਬੱਚੇ ਵਾਂਗ ਰਾਂ, ਠਾਂਦਰ ਵਾਂਗ ਰਾਂ, ਜਾਂ ਹੋਰ ਵੀ ਗਾਂ ਕਿ ਹਾਂ ਅਕਲ ਬਿਕਲ ਭਈ ਗੁਰ ਦੇਖੇ,
ਔਰ ਲੋਟ ਪੋਟ ਹੋ ਗਈ ਆ। ਇਹ ਜਿਹੜਾ ਅਹਿਸਾਸ ਹੈ ਗੁਰੂ ਦੇ ਬਾਰੇ 'ਚ, ਜੋ ਸ਼ਬਦ ਦੇ ਬਾਰੇ 'ਚ, ਜੋ ਜ਼ਿੰਦਗੀ ਦੇ ਬਾਰੇ 'ਚ, ਇਹਦੇ ਨਾਲ ਹੀ ਗੱਲ ਬਣਦੀ ਕਿ ਅਸੀਂ ਪਾਠ ਕਰਨ ਦੇ ਸਮਰੱਥ, ਸਾਡੀ ਪਾਠ ਬਾਰੇ ਸਮਝ, ਬਾਣੀ ਬਾਰੇ ਸਮਝ ਕੀ ਹੈ। ਆਪਣੀਆਂ ਕਿਤਾਬਾਂ ਪੜ੍ਹੋ, ਇਹ ਸੀਸੇ 'ਤੇ ਜ਼ਿੰਦਗੀ ਗਾਲੋ, ਇਹ ਇੱਕ ਵੱਖਰੇ ਖੇਡੇ ਨੇ, ਇਹ ਤੁਹਾਡੇ 'ਚੋਂ ਬਹੁਤਿਆਂ ਨੇ ਰੁਕਣਾ ਨਹੀਂ ਹੈ। ਪਰ ਜਿਸ ਵੀ ਮਾਈ ਭਾਈ ਨੂੰ ਇਹ ਚਿਣਗ ਹੈ ਕਿ ਅਸੀਂ ਜੁੜੀਏ ਗੁਰਬਾਣੀ ਨਾਲ, ਗੁਰੂ ਨਾਲ, ਉਹਦੇ ਬਾਰੇ 'ਚ ਜੋ ਮੈਨੂੰ ਜਿੰਨੀ ਮਤਬੁੱਧ ਹੈ ਉਹਦੀ ਬੇਨਤੀ ਹੈ ਇਹ। ਇਸ ਤੋਂ ਅਗਲਾ ਕਿ ਜਦੋਂ ਸਾਡਾ ਜਿਹੜਾ ਮਤਬੁੱਧ ਆ, ਸਾਡੀ ਜਿਹੜੀ ਸਾਡੀਆਂ ਜਿਹੜੀਆਂ ਅੱਖਾਂ ਨੇ, ਜਿਹੜੇ ਕੰਨ ਨੇ, ਇਹਨਾਂ ਦੀ ਸਮਰੱਥਾ ਹੈ ਕਿੰਨੀ ਕੁ? ਇਹ ਪੱਖਾ ਬਹੁਤ ਹੌਲੀ ਘੁੰਮਦਾ ਹੈ, ਪਰ ਮੇਰੀਆਂ ਅੱਖਾਂ ਇਹਦੇ ਗੇੜੇ ਨਹੀਂ ਗਿਣ ਸਕਦੀਆਂ। ਅੱਖਾਂ ਦੀ ਇੰਨੀ ਕੁ ਸਮਰੱਥਾ ਹੈ। ਜੇ ਮੈਂ ਥੋੜ੍ਹਾ ਜਿਹਾ ਤੇਜ਼ ਬੋਲਣ ਲੱਗ ਜਾਵਾਂ, ਤੁਹਾਡੇ 'ਚੋਂ ਕਿਸੇ ਨੂੰ ਸਮਝ ਨਹੀਂ ਆਉਣਾ ਕਿ ਮੈਂ ਕੀ ਬੋਲਦਾ। ਇੰਨੀ ਕੁ ਸਮਰੱਥਾ ਹੈ ਸਾਡੇ ਕੰਨਾਂ ਦੀ ਸੁਣਨ ਦੀ, ਇੰਨੀ ਥੋੜ੍ਹੀ ਸਮਰੱਥਾ ਜਿਹੜੀ, ਇਹਦੇ ਨਾਲ ਬਾਣੀ ਪੜ੍ਹ ਕੇ ਗੁਰੂ ਨਾਲ ਜੁੜਨਾ। ਤਾਂ ਫਿਰ ਕੀ ਕਰਨਾ? ਕਿ ਬਾਣੀ ਵੇਖ ਕੇ ਪੜ੍ਹਨੀ ਹੈ, ਤਾਂ ਕਿ ਇਹ ਅੱਖਾਂ ਗੁਰੂ ਨਾਲ ਜੁੜਨ ਦੇ ਵਿੱਚ ਹਾਜ਼ਰ ਰਹਿਣ। ਦੂਜਾ, ਭਾਵੇਂ ਬਾਣੀ ਕੰਠ ਵੀ ਹੋਵੇ, ਕੰਠ ਕਰਨੀ ਚਾਹੀਦੀ, ਪਰ ਪੜ੍ਹਨ ਲਈ, ਜੁੜਨ ਲਈ ਇਹ ਜ਼ਰੂਰੀ ਹੈ ਕਿ ਅੱਖਰ ਰੂਪ ਦੇ ਵਿੱਚ ਹੀ ਸਹੀ ਦਰਸ਼ਨ ਚਾਹੀਦਾ। ਕਿਉਂਕਿ ਦੁਨੀਆ ਦੇ ਵਿੱਚ ਅੱਖਾਂ ਜੋ ਬਾਕੀ ਘੰਟੇ ਦੇਖਦੀਆਂ ਨੇ ਉਹਦਾ ਅਸਰ ਰਹਿੰਦਾ। ਪਿੰਡੇ ਦੀ ਮੈਲ ਇਸ਼ਨਾਨ ਨਾਲ ਲਹਿ ਜਾਂਦੀ ਹੈ, ਸੁੱਤੇ ਪਿਆਂ ਸੁਪਨੇ ਵੀ ਇਹੀ ਅੱਖਾਂ ਲੈਂਦੀਆਂ ਨੇ। ਇਸ ਕਰਕੇ ਜ਼ਰੂਰੀ ਹੈ ਕਿ ਜਿੰਨਾ ਚਿਰ ਪਾਠ ਕਰਨਾ ਉਹ ਵੇਖ ਕੇ ਹੋਵੇ। ਇਹ ਅੱਖਾਂ ਦਾ ਜਿਹੜਾ ਰੰਗ ਤਮਾਸ਼ਾ ਹੈ ਦੁਨੀਆ ਨੂੰ ਵੇਖਣ ਦਾ, ਇਹਦੇ 'ਚੋਂ ਮਿੱਥ ਕੇ ਅੱਖਾਂ ਨੂੰ ਹਟਾਉਣਾ ਚਾਹੀਦਾ ਕੁਝ ਸਮੇਂ ਲਈ, ਨਿਤਨੇਮ ਦੇ ਵੇਲੇ, ਨਹੀਂ ਤਾਂ ਬਾਣੀ 'ਚ ਮਨ ਨਹੀਂ ਲੱਗੇਗਾ। ਇਸ ਤੋਂ ਅਗਲਾ, ਜਦੋਂ ਅੱਖਾਂ ਵਿੱਚ ਲੱਗੀਆਂ ਨੇ ਤਾਂ ਜੋ ਸਭ ਤੋਂ ਪਹਿਲੀ ਗੱਲ ਸੀ ਸੁਣਨ ਵਾਲੀ, ਤਾਂ ਜਿਹਨੇ ਵੀ ਪਾਠ ਕਰਨਾ, ਸਾਡੇ ਕਈ ਮਾਈ ਭਾਈ ਦੇਖਦੇ ਆ, ਮੈਂ ਬੱਸਾਂ 'ਚ ਬੈਠਿਆਂ ਦੇਖਦਾ। ਇੱਕ ਮਾਤਾ ਇੱਕ ਵਾਰ ਮੇਰੇ ਨਾਲ ਬੈਠੀ, ਉਹ ਫੋਨ ਤੋਂ ਸੁਖਮਨੀ ਸਾਹਿਬ ਦਾ ਪਾਠ ਕਰੇ। ਮੈਂ ਪੂਰੀ ਕੋਸ਼ਿਸ਼ ਕੀਤੀ ਕਿ ਮਾਤਾ ਜਿੰਨਾ ਤੇਜ਼ ਪੜ੍ਹ ਕੇ ਦੇਖਾਂ, ਉਹ ਮੇਰੇ ਤੋਂ ਪਹਿਲਾਂ ਪਲਟ ਦਿੰਦੀ ਸੀ ਅੰਗ। ਜਦੋਂ ਮੈਂ 5-7 ਵਾਰੀ ਦੇਖਿਆ, ਮੈਂ ਉਹਨੂੰ ਕਿਹਾ, ਮਾਤਾ ਰੁੱਕ, ਕੀ ਕਰਦੀ ਹੈ? ਕਹਿੰਦੀ, ਮੇਰਾ ਅੱਗੇ ਅੱਡਾ ਆਉਣਾ, ਮੈਂ ਛੇਤੀ ਛੇਤੀ ਪਾਠ ਪੂਰਾ ਕਰਨਾ। ਇੱਥੇ ਹੀ ਵੱਡੀ ਗਲਤੀ ਹੈ। ਪਾਠ ਨੂੰ ਇੱਕ ਕਰਮ, ਇੱਕ ਡਿਊਟੀ ਸਮਝਣਾ, ਉਹਨੂੰ ਪੂਰਾ ਕਰਨਾ ਛੇਤੀ ਛੇਤੀ, ਬਹੁਤ ਵੱਡੀ ਗੜਬੜ ਹੈ ਇਹਦੇ 'ਚ। ਜੇ ਗੁਰੂ ਨਾਲ ਗੱਲ ਕਰਨ ਵੇਲੇ, ਜੇ ਗੁਰੂ ਦੇ ਦਰਸ਼ਨ ਵੇਲੇ ਕਾਹਲ ਪਈ ਹੈ, ਭਾਈ ਜਾਣਾ ਕਿੱਥੇ? ਹੋਰ ਸ਼ਾਂਤੀ ਕਿੱਥੇ ਹੋ ਸਕਦੀ ਹੈ? ਜੇ ਪਾਠ ਕਰਨ ਵੇਲੇ ਵੀ ਟਿਕਾਓ ਨਹੀਂ ਲੈ ਕੇ ਆਉਂਦਾ ਮਨ 'ਚ ਕਿ ਮੈਂ ਪਾਠ ਕਰਨਾ, ਇਦੋਂ ਗਾਹਾਂ ਪਛਾਹਾਂ ਹੋਰ ਥਾਂ ਹੀ ਨਹੀਂ ਹੈ ਕੋਈ। ਇਸ ਕਰਕੇ ਪਾਠ ਕਰਨ ਲਈ ਇਹ ਲਾਜ਼ਮੀ ਹੈ ਕਿ ਪਾਠ ਵੇਖ ਕੇ ਕੀਤਾ ਜਾਵੇ, ਪਾਠ ਬੋਲ ਕੇ ਕੀਤਾ ਜਾਵੇ, ਪਾਠ ਹੌਲੀ ਕੀਤਾ ਜਾਵੇ। ਜੇ ਤੇਜ਼ ਪਾਠ ਕਰਦੇ ਹਾਂ ਤਾਂ ਸਾਨੂੰ ਪੜ੍ਹਨ ਵਾਲੇ ਦੀ ਇਕੱਲੀ ਧੁਨ ਸੁਣਦੀ ਹੈ ਕਿ ਬਾਬਾ ਬਾਣੀ ਪੜ੍ਹ ਰਿਹਾ ਹੈ, ਉਹ ਸਮਝ ਨਹੀਂ ਪੈਂਦੀ ਕਿਹੜਾ ਸ਼ਬਦ ਪੜ੍ਹ ਰਿਹਾ। ਜੇ ਥੋੜ੍ਹਾ ਜਿਹਾ ਹੌਲੀ ਪੜ੍ਹਦੇ ਤਾਂ ਇਹ ਪਤਾ ਲੱਗਦਾ ਕਿ ਪਾਠ ਫਲਾਣੇ ਥਾਂ ਚੱਲ ਰਿਹਾ, ਪਰ ਸਾਡੀ ਜਿਹੜੀ ਸਮਝ ਹੈ ਉਹ ਉਹਨੂੰ ਸਮਝਣ ਦੇ, ਰਸ ਲੈਣ ਦੇ ਫਿਰ ਵੀ ਯੋਗ ਨਹੀਂ ਹੁੰਦੀ ਜਦੋਂ ਪਾਠ ਤੇਜ਼ ਹੁੰਦਾ। ਜੇ ਪਾਠ ਹੌਲੀ ਹੋਵੇ, ਜੇ ਪਾਠ ਸਹਿਜੇ ਹੋਵੇ, ਉਨੇ ਸਹਿਜ ਦੇ ਵਿੱਚ, ਜਿੰਨੇ ਸਹਿਜ ਦੇ ਵਿੱਚ ਸੁਣ ਕੇ ਉਹਦਾ ਰਸ ਆ ਸਕਦਾ,
अरूप है, अनूप है। ठीक, जिहड़ा बाणी पढ़न दा रहाओ है, रहाओ मैने टका सहज, जिन्ने चों उन्हूं पढ़ के रस आवे। सब थां मैं एक पंक्ति बोलदा, तुहाडे इत्थे वी बोलदा कि जदों तेज़ पढ़दे बंद खलासी भाणे होए इदां पढ़ी दी, हौली पढ़दे दो गल्लां समझ पैंदियां कि बंदी खलासी भाणे होए, बन्नण भी छुट्टण भी भाणे विच। तेज़ पढ़ो तां बंद खलासी, फिर लगता कि भाणे च बंदा छुट जांदा, बजण विच्चों मन च नहीं आउंदा। तो इस करके इन्ना ठहरा चाहीदा है कि पाठ नूं साडी समझ आ जिहड़ी दुनियादारां दी, वो इहदे नाल जुड़न दे पद्धर ते आ सके, उहदे लई समां लगदा। मोटा अंदाजा यही है कि जिहड़ा नितनेम है दो वेले दा, उहनूं एक पहर लगदा, भाव लगभग तीन घंटे सवेर शाम का जो नितनेम है। तो असी जो करते हाँ वो मैं कई सज्जनों को पूछे है, पंजां बाणियां का नितनेम 35 मिनटां च, भाव डेढ़ घड़ी, डेढ़ घड़ी पढ़न लई जपजी साहब ले भी थोड़ी है। इस करके जिस माई भाई का बाणी नाल जुड़न का ख्याल है, फुरना है, वो लिए बेनती है संथ्या लैके पढ़नी है, देख के पढ़नी है, बोल के पढ़नी है, घट्टो घट इन्नी जरूर आवाज़ होवे कि साडे कान सुनदे होण साडी आवाज़ नूं, तां कि साडे दोने इंद्रे उस काम च लगे होण जिहड़े सब तो वध लगदे आ दुनिया दे विच, वो पाठ च लगे होने चाहिए। कन्नां च आवाज़ पैनी चाहिए है पाठ हुंदे दी, जिहड़ा पाठ तुसी नहीं सुन रहे वो फिर सोचते हैं कि गुरु भी सुनदा होए, नहीं। जदों साडे कन्नां च आवाज़ पैंदी है, जदों मूहों आवाज़ कढ़दे हां, तां जिहड़ा मन है वह कुछ पल लई कुछ समय लई बोलना बंद करदा है। जदों बंदे दा मूँह बंद है तां बंदे दा मन बोलदा रहिंदा। जिहड़े लोकी वेख के पाठ करदे है वह जाणदे होणगे कि मन बोलदा रहिंदा, जिहड़े तेज़ पाठ करदे ने वह भी जाणदे ने कि मन बोलदा रहिंदा। मैं एक बंदे नाल गल कीती, वह मैनू कहिंदा भी तेरी गल सुन के मैं पंगा लिया, तो जदों मैं हौली पाठ पढ़दा मैनू पाठ भुल जांदा, फिर तेज़ पढ़ के याद करदा। मैं कहा जी इत्थी खेड है कि पाठ ससी भजा के याद किया होया, इत्थे ही गड़बड़ है। फिर तो टका चाहो, एक पंक्ति तो बाद दूजी पंक्ति का जिहड़ा उच्चारण है उहदे विचकार टका दी थां है, जो तुहाडे अंदर नहीं है तो पाठ का रस किदां आएगा। साडे चों बहुतियां नूं जवानी कंठ हुंदी है बाणी, तो होर तेज़ हुंदी जांदी है जिंदगी च, ते पाठ जिन्ना तेज़ हुंदा गया उन्नी जिंदगी बेरस होएगी। जिन्ना दे धी पुत मापिया नूं लगदा बिगड़ गए ने उन्हां बारे ये गल पक्की है, जां तो पाठ नहीं करदे जां उह पाठ तेज़ करदे ने, भजा के करदे ने। जिथे मनुख वस रहा है उत्थे जे बाणी दी आवाज़ सहज दे विच नहीं गूंज रही, उत्थे सुख शांति क्यों कर होएगी? मैनू नहीं समझ पैंदा कि क्यों होएगी। ये साडे सिखण दा सिखां वजों हिस्सा है कि असी शब्दां दी इज्जत सिखीए, असी शब्द गुरु दी सत्कार उहदे नाल रिश्ता उहदी महिमा सिखीए। ये बेनती सिखण दा पहला हिस्सा है। दूसरी बेनती जो साडी दुनियादारां दी है, मैं पहली बेनती तां पहलां कीती कि इस दे पहली बेनती दे आधार ते सानू फैसला करना चाहिए कि असी अपने
ਧੀਆਂ ਪੁੱਤਾਂ ਨੂੰ ਕੀ ਬਣਾਉਣਾ ਹੈ, ਉਹਨਾਂ ਨੂੰ ਪਹਿਲਾਂ ਗੁਰੂ ਦੇ ਬਣਾਉਣਾ, ਪੰਥ ਦੇ ਬਣਾਉਣਾ ਜਾਂ ਆਪ ਦੇ ਰੱਖਣਾ, ਇਹ ਤੁਹਾਡੀ ਮਰਜ਼ੀ ਹੈ ਸਭ ਦੀ। ਪਰ ਜਿਹੜੀ ਪਰੰਪਰਾ ਹੈ ਉਹ ਇਹੀ ਹੈ ਕਿ ਆਪਣੇ ਧੀ ਪੁੱਤ ਨੂੰ ਆਪ ਦੇ ਘਰ, ਗੁਰੂ ਦੇ ਘਰ ਦੋ ਚੀਜ਼ਾਂ ਜ਼ਰੂਰ ਸਿਖਾਉਣੀਆਂ ਨੇ। ਪਹਿਲਾ ਬਾਣੀ ਦਾ ਪਾਠ, ਉਹਦਾ ਨਾਲ ਆਪਣੇ ਪੁਰਖਿਆਂ ਦਾ ਇਤਿਹਾਸ। ਜਿੰਨੀ ਅਰਦਾਸ ਸਾਰੀ ਕਰਦੇ ਰੋਜ਼ ਸਵੇਰੇ ਸ਼ਾਮ, ਉਹ ਸਾਰਾ ਇਤਿਹਾਸ, ਉਹ ਜਿਹੋ ਜਿਹਾ ਇਤਿਹਾਸ ਹੈ ਉਹ ਸਾਨੂੰ ਦੱਸਣ ਵਾਸਤੇ ਹੈ ਕਿ ਅਸੀਂ ਆਪਣਾ ਜੀਵਨ, ਆਪਣੇ ਬੱਚਿਆਂ ਦਾ ਜੀਵਨ ਅਸਲ 'ਚ ਕਿਹੋ ਜਿਹਾ ਬਣਾਉਣਾ ਹੈ ਜਾਂ ਕਿਹੋ ਜਿਹਾ ਬਣਾਉਣਾ ਚਾਹੀਦਾ। ਕਿ ਜਿਨ੍ਹਾਂ ਨੇ ਦੇਗ ਚਲਾਈ ਤੇਗ ਵਾਹੀ ਵੇਖ ਕੇ ਅਣਡਿੱਠ ਕੀਤਾ, ਜਿਹੜੀ ਅਣਡਿੱਠ ਦੀ ਗੱਲ ਹੈ ਉਹ ਉਹਨਾਂ ਦੀ ਜਿਨ੍ਹਾਂ ਬਾਰੇ ਕਹੀ ਹੈ, ਵੱਡੀ ਅਵਸਥਾ ਬਾਰੇ ਹੈ। ਪਰ ਦੁਨੀਆਦਾਰਾਂ ਦੇ ਸੰਬੰਧ 'ਚ ਕਹਿਣਾ, ਜਿੱਦਾਂ ਦੱਸਿਆ ਵੀਰੇ ਨੇ, ਮੈਂ ਪੜ੍ਹ ਕੇ PhD ਕਰਕੇ ਥੋੜ੍ਹੇ ਚਿਰ ਬਾਅਦ ਛੱਡਤੀ ਨੌਕਰੀ, ਹੁਣ ਜਿਹੜੇ ਮਿਲਦੇ ਨੇ ਉਹ ਮੇਰੀ ਫਿਕਰ ਕਰਦੇ ਨੇ। ਅੱਛਾ ਭਾਈ ਸਾਹਿਬ, ਫਿਰ ਕੀ ਕਰਦੇ ਹੋ? ਮਤਲਬ ਜੇ ਨੌਕਰੀ ਨਹੀਂ ਕਰਦਾ ਫਿਰ ਕੀ ਕਰਦਾ? ਸਾਰਾ ਇਤਿਹਾਸ ਇਹ ਹੈ ਕਿ ਜਿਨ੍ਹਾਂ ਨੇ ਸੇਵਾ ਕੀਤੀ, ਜਿਨ੍ਹਾਂ ਨੇ ਸਰਬੱਤ ਦਾ ਭਲਾ ਕੀਤਾ, ਉਹ ਵੱਡੇ ਨੇ। ਅਤੇ ਸਾਡੇ ਬੰਦੇ ਆਪਣੇ ਧੀਆਂ ਪੁੱਛਾਂ ਪਿੱਛੇ ਪਏ ਨੇ ਕਿ ਤੂੰ ਨੌਕਰੀ ਜ਼ਰੂਰ ਕਰ, ਨਹੀਂ ਤਾਂ ਤੇਰਾ ਕੁਛ ਨਹੀਂ ਬਣਨਾ। ਪੜ੍ਹਨਾ ਇਸ ਲਈ ਜ਼ਰੂਰੀ ਹੈ ਕਿ ਬੰਦੇ ਬਣ ਸਕੀਏ, ਮਨ ਸਮਝਾਵਣ ਕਾਰਨ ਪੜ੍ਹਨਾ ਇਸ ਲਈ ਜ਼ਰੂਰੀ ਨਹੀਂ ਕਿ ਨੌਕਰੀ ਲੱਗ ਜਾਓ। ਪੜ੍ਹਾਈ ਦਾ ਮਾਨਾ ਮਨ 'ਚ ਕੀ ਵਸਿਆ, ਇਹ ਵੀ ਤੁਹਾਡੀ ਜ਼ਿੰਦਗੀ ਦਾ ਹਿੱਸਾ। ਜਿਵੇਂ ਪਹਿਲਾਂ ਕਿਹਾ ਮੈਂ ਕਿ ਸ਼ਬਦਾਂ ਦਾ ਮਾਨਾ ਤੁਹਾਡੇ ਮਨ 'ਚ ਕੀ ਹੈ, ਅਤੇ ਪੜ੍ਹਾਈ ਵੀ ਇੱਕ ਸ਼ਬਦ ਹੈ। ਤੁਹਾਨੂੰ ਪੜ੍ਹਨ ਭੇਜਿਆ ਸਾਰਿਆਂ ਨੂੰ ਕਿ ਪੜ੍ਹ ਕੇ ਕੁਛ ਬਣ ਜਾਓ, ਤਾਂ ਪੜ੍ਹਨ ਦੇ ਵਿੱਚ ਕੀ ਪਿਆ ਕਿ ਪੜ੍ਹਨ ਦਾ ਮਾਨਾ ਕੀ ਹੈ? ਮੈਂ 20 ਸਾਲ ਤੋਂ ਵੇਖਦਾ ਹਰੇਕ ਸਰਕਾਰ, ਜਿੰਨੇ ਕੁ ਸਾਡੇ ਧੀਆਂ ਪੁੱਤ ਪੜ੍ਹੇ ਹੋਏ ਨੇ ਉਹਨਾਂ ਨੂੰ ਸੜਕਾਂ 'ਤੇ ਕੁੱਟਦੀ ਹੈ, ਕਦੇ ਮਾਸਟਰਾਂ ਨੂੰ, ਕਦੇ ਡਾਕਟਰਾਂ ਨੂੰ, ਕਦੇ ਬਿਜਲੀ ਵਾਲਿਆਂ ਨੂੰ, ਕਦੇ ਭੱਠੇ ਵਾਲਿਆਂ ਨੂੰ, ਕਦੇ ਕਿਸੇ ਨੂੰ। ਬਹੁਤਿਆਂ ਦੀ ਮੰਗ ਇਹ ਹੈ ਕਿ ਸਾਨੂੰ ਨੌਕਰੀ ਲਾਓ, ਸਰਕਾਰ ਬਣੀਓ। ਕਿਉਂ? ਕਿਉਂਕਿ ਉਹਨਾਂ ਨੂੰ ਪੜ੍ਹਾਇਆ ਇਹ ਗਿਆ ਕਿ ਪਹਿਲਾਂ ਤੁਸੀਂ ਆਹ ਅੱਖਰ ਪੜ੍ਹੋ, ਆਹ ਸਰਟੀਫਿਕੇਟ, ਆਹ ਪ੍ਰਵਾਨਾ ਲੈ ਕੇ ਆਓ, ਫਿਰ ਤੁਸੀਂ ਨੌਕਰ ਬਣੋ, ਜੇ ਨੌਕਰ ਨਾ ਬਣੇ ਤਾਂ ਵਿਹਲੇ ਰਹੋ। ਗੁਰੂ ਦੀ ਕਾਸ਼ੀ ਹੈ ਇਹ ਕਿ ਗੁਰੂਆਂ ਨੇ ਇਹਨੂੰ ਵਿੱਦਿਆ ਦਾ ਘਰ ਇਸ ਰੂਪ 'ਚ ਬਣਾਇਆ ਸੀ ਕਿ ਅਸੀਂ ਕਿਸੇ ਸਰਕਾਰ ਬਣੀ ਝਾਕੀਏ। ਜੇ ਅਸੀਂ ਆਪਣੇ ਧੀ ਪੁੱਤ ਨੂੰ ਆਪਣੇ ਪੈਰਾਂ 'ਤੇ ਖੜ੍ਹਨ ਜੋਗਾ ਨਹੀਂ ਕਰ ਸਕਦੇ, ਉਹਨੇ ਸਿੱਖ ਕਿਵੇਂ ਹੋਣਾ ਜੀ? ਉਹਨੇ ਸਿੱਖ ਕਿਵੇਂ ਹੋਣਾ? ਸਿੱਖ ਦੇ ਜੁੰਮੇ ਜਿਹੜੀਆਂ ਗੱਲਾਂ ਨੇ ਬਹੁਤ ਸੌਖੀਆਂ ਨੇ ਕਿ ਨਾਮ ਜਪੋ, ਕਿਰਤ ਕਰੋ, ਵੰਡ ਕੇ ਤਾਂ ਫਿਰ ਛਕੋਗੇ ਨਾ ਜੀ ਜੇ ਕਿਰਤ ਕਰੋਗੇ। ਜੇ ਸਰਕਾਰ ਦੀ ਮਨਜ਼ੂਰੀ ਸਹਿਤ ਕੰਮ ਕਰਨਾ ਤਾਂ ਕਿੰਨੇ ਲੋਕ ਕਰ ਸਕਦੇ ਇੱਕ ਵੇਲੇ 'ਚ? ਸਾਰੇ ਤਾਂ ਨਹੀਂ ਨਾ ਕਰ ਸਕਦੇ, ਕਦੇ ਵੀ ਨਹੀਂ ਕਰ ਸਕਦੇ। ਜਿਹਦਾ ਇਹ ਦਾਅਵਾ ਹੈ ਕਿ ਉਹਨਾਂ ਨੇ ਪੰਜਾਬ ਦੇ ਵਾਰਸ ਹੋਣਾ, ਉਹਨਾਂ ਨੇ ਸਿੱਖ ਹੋਣਾ, ਅਤੇ ਉਹ ਕਿਸ ਤਰੀਕੇ ਪੜ੍ਹਨਗੇ, ਕਿਸ ਤਰੀਕੇ ਕੰਮ ਕਰਨਗੇ? ਕਿਉਂਕਿ ਦੁਨੀਆ ਜਾਣਦੀ ਹੈ ਬੰਦਾ ਜਿਹੋ ਜਿਹਾ ਕੰਮ ਕਰਦਾ ਉਹੋ ਜਿਹੀ ਉਹਦੀ ਮਤਬੁੱਧ ਹੁੰਦੀ ਹੈ। ਦੁਨੀਆ 'ਚ ਕਿਤੇ ਵੀ ਸਰਕਾਰਾਂ ਰਿਸ਼ਵਤ ਕਿਉਂ ਨਹੀਂ ਰੋਕਦੀਆਂ? ਕਿਉਂ ਨਹੀਂ ਰੋਕਦੀਆਂ? ਇਸ ਕਰਕੇ ਕਿ ਜਿਹਨੂੰ ਹਰਾਮ ਦੇ ਖਾਣ ਦੀ ਆਦਤ ਪੈ ਜੇ ਉਹ ਕਿਰਤ ਨਹੀਂ ਕਰੇਗਾ, ਜਿਹੜਾ ਕਿਰਤ ਨਹੀਂ ਕਰੇਗਾ ਉਹ ਸਰਕਾਰ ਦੇ ਜ਼ੁਲਮਾਂ ਖਿਲਾਫ਼ ਨਹੀਂ ਬੋਲੇਗਾ। ਇਹ ਦੁਨੀਆ ਦੀ ਗਵਾਹੀ ਹੈ। ਜਿਹੜਾ ਹਰਾਮ ਦਾ ਖਾਣ ਗਿੱਝ ਗਿਆ ਉਹ ਜ਼ੁਲਮ ਦਾ ਮੁਕਾਬਲਾ ਨਹੀਂ ਕਰੇਗਾ। ਜਿਹਨੂੰ ਇਹ ਹੈ ਕਿ ਮੈਂ ਰੋਟੀ ਜੋਗਰਾ ਤਾਂ ਹੋਊਂ ਜਾਂ ਸਰਕਾਰ ਮੈਨੂੰ ਕੋਈ ਕੰਮ ਦੇਊਗੀ, ਤਾਂ ਉਹ ਕਿੰਨਾ ਕੁ ਲੜੂਗਾ? ਜ਼ਿਆਦਾ ਨਹੀਂ।
ਇਹ ਸਰਕਾਰ ਤੋਂ ਆਸ, ਅਗਲੀ ਸਰਕਾਰ ਤੋਂ ਆਸ। ਇਹ ਦੁਨੀਆ ਦੇ ਵਿੱਚ ਰਾਜ ਪ੍ਰਬੰਧ ਦਾ ਹਿੱਸਾ ਹੈ, ਪਰ ਸਿੱਖਾਂ ਵਜੋਂ ਸਾਡੇ ਸੋਚਣ ਦਾ ਮਸਲਾ ਜ਼ਿਆਦਾ ਵੱਡਾ ਕਿ ਅਸੀਂ ਆਪਣੇ ਧੀਆਂ ਪੁੱਤਾਂ ਦਾ ਭਵਿੱਖ ਕਿਵੇਂ ਤੈਅ ਕਰਨਾ। ਗੁਰੂ ਦੀ ਕਾਸ਼ੀ, ਗੁਰੂ ਦਾ ਵਿੱਦਿਆ ਕਰ, ਇਹਦਾ ਮਤਲਬ ਇਹ ਸਾਡੇ ਜਵਾਕ ਸਾਡੇ ਮੁਤਾਬਕ ਪੜ੍ਹਨ ਕਿ ਵਪਾਰੀਆਂ ਮੁਤਾਬਕ ਪੜ੍ਹਨ ਕਿ ਸਰਕਾਰ ਮੁਤਾਬਕ ਪੜ੍ਹਨ। ਸਾਡੇ ਕੋਲ ਤਿੰਨ ਰਾਹ ਨੇ, ਜਾਂ ਸਾਡੇ ਮੁਤਾਬਕ ਪੜ੍ਹਨਗੇ ਸਾਡੇ ਬੱਚੇ, ਜਾਂ ਜਿਹੜੀ ਸਰਕਾਰ ਆ ਉਹਦੇ ਮੁਤਾਬਕ ਪੜ੍ਹਨਗੇ, ਜਿਹਨਾਂ ਨੂੰ ਪ੍ਰਾਈਵੇਟ ਸਕੂਲ ਕਹਿੰਦੇ ਆ, ਜਾਂ ਉਹਨਾਂ ਮੁਤਾਬਕ ਪੜ੍ਹਨਗੇ। ਸਰਕਾਰ ਵੀ ਅੰਗਰੇਜ਼ੀ ਪੜ੍ਹਾਉਣ ਲੱਗ ਗਈ, ਵਪਾਰੀ ਵੀ ਅੰਗਰੇਜ਼ੀ ਪੜ੍ਹਾਉਣ ਲੱਗ ਗਏ। ਹੁਣ ਤਾਂ ਜਿਹੜੇ ਗੁਰਦੁਆਰਿਆਂ ਦੇ ਸਕੂਲ ਨੇ ਉਹ ਵੀ ਅੰਗਰੇਜ਼ੀ ਪੜ੍ਹਾਉਣ ਲੱਗ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਈ ਸਕੂਲ ਅੰਗਰੇਜ਼ੀ ਪੜ੍ਹਾਉਂਦੇ ਨੇ। ਦਾਵਾ ਸਿੱਖਾਂ ਦਾ, ਦਾਵਾ ਪੰਜਾਬ ਦਾ, ਪੰਜਾਬੀ ਕੋਈ ਪੜ੍ਹਾਕੇ ਰਾਜੀ ਨਹੀਂ ਹੈ, ਇਹ ਕਿਸ ਤਰ੍ਹਾਂ ਦੀ ਖੇਡ ਹੈ? ਇਹ ਕਹਿਣਾ ਕਿ ਬੱਚੇ ਵਿਗੜ ਗਏ ਜਾਂ ਬੱਚੇ ਸਾਡੇ ਆਖੇ 'ਚ ਨਹੀਂ ਹਨ, ਸਾਡੇ ਕੋਲ ਹੱਕ ਕਿੱਥੋਂ ਆਉਂਦਾ? ਜਿਹੜੇ ਬੱਚੇ ਨੂੰ ਸਾਡੇ ਅੱਖਰ ਨਹੀਂ ਆਉਂਦੇ, ਜਿਹਦੇ ਕੋਲ ਇਹ ਪਹਿਲ ਨਹੀਂ ਹੈ, ਮੈਂ 4-5 ਸਾਲ ਪੜ੍ਹਾਇਆ, ਥਾਂ ਥਾਂ ਦੇ ਸਿੱਖਾਂ ਦੇ ਜਵਾਕਾਂ ਤੋਂ, ਪੰਜਾਬ ਦੇ ਜਵਾਕਾਂ ਤੋਂ ਲਿਖਾ ਕੇ ਦੇਖਿਆ ਵੀ ਚੱਲ 35 ਅੱਖਰ ਲਿਖ ਕੇ ਦਿਖਾ, ਸਹੀ 12-12 ਪੜ੍ਹੀਆਂ ਕੁੜੀਆਂ ਮੁੰਡੇ ਨਹੀਂ ਲਿਖ ਸਕਦੇ। ਬੜੂ ਸਾਹਿਬ ਯੂਨੀਵਰਸਿਟੀ 'ਚ ਮੈਂ ਦੇਖਿਆ, ਉੱਥੇ ਪੰਜਾਬੀ ਯੂਨੀਵਰਸਿਟੀ ਪਟਿਆਲੇ 'ਚ ਦੇਖਿਆ ਮੈਂ, ਇੱਥੇ ਚੰਡੀਗੜ੍ਹ ਦੇ ਵਿੱਚ ਦਿੱਲੀ ਦੀ ਸਰਕਾਰ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ 2 ਸਭ ਤੋਂ ਵਧੀਆ ਮਾਸਟਰ ਲੈ ਕੇ ਇੱਕ ਉੱਥੇ ਸਿਖਲਾਈ ਲਾਈ। ਉੱਥੇ ਮੈਂ ਉੱਥੇ ਮਿਲਿਆ ਪੰਜਾਬੀ ਪੜ੍ਹਾਉਣ ਵਾਲੇ ਬੰਦਿਆਂ ਨੂੰ, ਜਿਹੜੇ ਸਾਰੇ ਪੰਜਾਬ 'ਚੋਂ ਸਭ ਤੋਂ ਵਧੀਆ ਮਾਸਟਰ ਗਏ ਸੀ, ਉਹਨਾਂ ਦੀ ਵੀ ਜੀਭ ਅੜਕਦੀ ਸੀ ਪੰਜਾਬੀ ਬੋਲਣ ਵੇਲੇ, 35 ਅੱਖਰ ਬੋਲਣ ਵੇਲੇ। ਤਾਂ ਜਿਹੜਾ ਸਾਡਾ ਦੁਨੀਆਦਾਰੀ ਦਾ ਮਸਲਾ ਹੈ ਉਹ ਸਾਡੀਆਂ ਅੱਖਰਾਂ ਨਾਲ ਹੀ ਹੈ। ਚਾਹੇ ਚੀਨ ਹੈ, ਚਾਹੇ ਜਪਾਨ ਹੈ, ਜਿਨ੍ਹਾਂ ਮੁਲਕਾਂ ਦੀ ਤਰੱਕੀ ਹੈ, ਉਹਨਾਂ ਮੁਲਕਾਂ ਦੀ ਤਰੱਕੀ ਉਹਨਾਂ ਦੀਆਂ ਅੱਖਰਾਂ 'ਚ ਹੈ। ਜਿਹੜੇ ਅੱਖਰ ਨੇ ਇਹੀ ਦੁਨੀਆ ਸਾਜਦੇ ਹੈ, ਸਾਡੇ ਵਪਾਰ ਦੀ, ਸਾਡੀ ਰਾਜਨੀਤੀ ਦੀ। ਜਿੱਥੇ ਜਿੱਥੇ ਜਿਹਦੇ ਜਿਹਦੇ ਅੱਖਰ ਚੱਲਦੇ ਨੇ ਉਹਦਾ ਰਾਜ ਚੱਲਦਾ। ਕਿਸੇ ਪ੍ਰਧਾਨ ਮੰਤਰੀ ਦਾ ਨਾਂ ਮਰਜ਼ੀ ਹੋਵੇ, ਸੂਬੇਦਾਰ ਦਾ ਮਰਜ਼ੀ ਜੋ ਨਾਂ ਹੋਵੇ, ਫਰਕ ਨਹੀਂ ਪੈਂਦਾ। ਕਿਹੜੀ ਰਾਜਨੀਤਿਕ ਜਥੇਬੰਦੀ, ਪਾਰਟੀ ਕਿਹੜੀ ਹੈ, ਕੋਈ ਫਰਕ ਨਹੀਂ ਪੈਂਦਾ। ਜਿਹਦੇ ਅੱਖਰ ਚੱਲਦੇ ਨੇ ਰਾਜ ਉਹਨਾਂ ਦਾ ਚੱਲਦਾ। ਅੰਗਰੇਜ਼ 1947 'ਚ ਗਏ, ਪਰ ਉਦੋਂ ਬਾਅਦ ਉਹਨਾਂ ਨੇ ਸਿੱਖਿਆ ਦੇ ਵਿੱਚ ਲੋਕਾਂ ਨੂੰ ਮਦਦ ਕੀਤੀ, ਉਦੋਂ ਵੱਧ ਅੰਗਰੇਜ਼ੀ ਸਕੂਲ ਖੁੱਲ੍ਹੇ। ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਪੰਜਾਬ 'ਚ ਅੰਗਰੇਜ਼ੀ ਸਕੂਲ ਖੁੱਲ੍ਹੇ। ਤਾਂ ਸਾਡੇ ਬੰਦੇ ਹੁਣ ਸੋਚਣ ਲੱਗ ਗਏ ਕਿ ਜੇ ਅੰਗਰੇਜ਼ੀ ਨਾ ਪੜ੍ਹੀ ਕੁਛ ਬਣਨਾ ਨਹੀਂ ਹੈ। ਇਹਦਾ ਮਤਲਬ ਗੁਲਾਮੀ ਬਾਅਦ 'ਚ ਆਈ ਜਾਣ ਤੋਂ। ਮੈਂ ਸਭ ਨੂੰ ਇਹ ਗੱਲ ਮਿਸਾਲ ਦੇ ਕੇ ਕਹਿੰਦਾ, ਤੁਹਾਨੂੰ ਵੀ ਕਹਾਂਗਾ ਕਿ ਗੁਰੂ ਸਾਹਿਬ ਦੇ ਵੇਲੇ 'ਚ ਦੇਵਨਾਗਰੀ ਚੱਲਦੀ ਸੀ, ਅਰਬੀ ਵੀ ਚੱਲਦੀ ਸੀ, ਉਹਨਾਂ ਨੂੰ ਬਹੁਤ ਲੋਕ ਪੜ੍ਹਦੇ ਸੀ। ਉਹਨਾਂ ਵੇਲਿਆਂ 'ਚ ਮੁਹਾਵਰਾ ਬਣਿਆ ਸੀ, ਪੜ੍ਹੇ ਫਾਰਸੀ ਵੇਚੇ ਤੇਲ। ਗੁਰੂ ਸਾਹਿਬ ਨੇ ਉਹਨਾਂ ਦੀ ਬੋਲੀ 'ਚ, ਉਹਨਾਂ ਦੇ ਅੱਖਰਾਂ 'ਚ ਬਾਣੀ ਨਹੀਂ ਲਿਖੀ, ਵੱਖਰੀਆਂ ਅੱਖਰਾਂ 'ਚ ਲਿਖੀ। ਕਾਹਦੇ ਕਰਕੇ? ਇਸ ਗੱਲ ਕਰਕੇ ਕਿ ਜਿਹੜੇ ਅੱਖਰਾਂ ਨਾਲ ਜੁੜਦੇ ਹੋ ਉਹਨਾਂ ਅੱਖਰਾਂ ਦੇ ਨਾਲ ਇੱਕ ਖਿਆਲ ਜੁੜਿਆ ਹੁੰਦਾ, ਉਹਨਾਂ ਨਾਲ ਇੱਕ ਪਹਿਰਾਵਾ ਜੁੜਿਆ ਹੁੰਦਾ, ਉਹਨਾਂ ਅੱਖਰਾਂ ਨਾਲ ਖਾਣ ਪੀਣ ਜੁੜਿਆ ਹੁੰਦਾ, ਉਹਨਾਂ ਅੱਖਰਾਂ ਨਾਲ ਸਾਰੀ ਜ਼ਿੰਦਗੀ ਜੁੜੀ ਹੁੰਦੀ ਹੈ। ਅਸੀਂ ਆਪਣੇ ਆਪ ਅਤੇ ਆਪਣੇ ਬੱਚਿਆਂ ਲਈ ਜਿਹੜੇ ਅੱਖਰਾਂ ਦਾ ਮਾਣ ਪਹਿਲਾਂ ਪੈਦਾ ਕਰਦੇ ਹਾਂ, ਸਾਡੇ ਬੱਚਿਆਂ ਨੇ ਉਹਨਾਂ ਅੱਖਰਾਂ ਦੇ ਮੁਤਾਬਕ ਚੱਲਣਾ, ਸਾਡੇ ਬੱਚਿਆਂ ਨੇ ਉਹਨਾਂ ਅੱਖਰਾਂ ਦੇ ਮੁਤਾਬਕ ਚੱਲਣਾ। ਜਿਹਦਾ ਜਿਹਦਾ ਸਿੱਖ ਹੋਣ ਦਾ ਦਾਅਵਾ ਹੈ, ਜਿਹਦਾ ਜਿਹਦਾ ਪੰਜਾਬੀ ਹੋਣ ਦਾ ਦਾਅਵਾ ਹੈ, ਅਤੇ ਜਿਹਨੂੰ ਜਿਹਨੂੰ ਇਹ ਹੈ ਕਿ ਮੈਂ ਆਪਣੇ ਧੀ ਪੁੱਤ ਨੂੰ ਸਫਲ ਕਰ ਦਿਆਂ, ਇਹਨਾਂ ਤਿੰਨਾਂ ਤਰ੍ਹਾਂ ਦੇ ਬੰਦਿਆਂ ਵਾਸਤੇ ਬੇਨਤੀ ਹੈ ਕਿ ਅਸੀਂ ਆਪ ਕਿੰਨੇ ਕੁ ਅੱਖਰ ਪੰਜਾਬੀ ਦੇ ਲਿਖਦੇ, ਪੜ੍ਹਦੇ, ਬੋਲਦੇ, ਆਪਣੀਆਂ ਧੀਆਂ ਪੁੱਤਾਂ ਨੂੰ ਕਿੰਨਾ ਦੇ ਕੇ ਜਾਂਦੇ। ਹਰ ਮਾਂ ਬਾਪ ਚਾਹੁੰਦਾ ਹੈ ਕਿ ਮੈਂ ਬੱਚਿਆਂ ਨੂੰ ਵਾਹਵਾ ਸਾਰੀ ਜਾਇਦਾਦ ਬਣਾ ਕੇ ਦੇ ਦਿਆਂ, ਸੌਖੇ ਹੋ ਜਾਣਗੇ।
जे बच्चे का शरीर बना के दोगे कल नूं बीमारी लग जूगी, कोई सट बज जूगी, शरीर कमजोर हो सकता है। अज पैसे दे के जाओगे चोरी हो जाएंगे, सरकार कल नूं बंद कर दे, जवाक नशा पैके खराब कर सकता है। जिहड़ी भी होर जायदाद दे जाओगे वो खराब हो सकती है। जिहड़ी जायदाद खराब नहीं हुंदी वो शब्द ने, वो अखर ने। जे बंदे दे सिर च सट बज जे बंदा आपदा ना भुल जाता है, पर जिहड़े शब्द सिखे ने बंदा वो नहीं भुलता। दुनिया के सारे सियाने इस गल नूं जानदे ने कि धरती दे उत्ते 84 लाख जूनी दे उत्तों बंदे कोले इक्को ही चीज़ है, वो उहदे अखर ने, उहदी बोली है। तो गुरु साहब ने सानू यही कहा कि शब्द गुरु है, गुरमुखी अखरां दे विच है। चाहे दुनियादार बन जाओ चाहे गुरु दे सिख बन जाओ, दोनों रूपां च इन्हां अखरां दा, इन्हां शब्दां दा महत्व सब तो सिखर ते है। जे साडे अंदर ये नहीं वसिया है तां गल च गड़बड़ है, वो तुहानू फरोलनी पएगी। चाहे पाठ दे मामले दी होवे, चाहे मन दी शांति दी होवे, चाहे धियां पुत्तां दे भविख दी होवे, तिन्नां रूपां दे विच अखीर नूं गल इत्थे ही आउणी है कि किहे जे शब्द किहे जे अखर साडे पल्ले, कैसे शब्द कैसे अखर साडे धियां पुत्तां दे पल्ले। इन्नियां क बेनतियां नाल मैं अपनी गल समाप्त करदा। भुल्लां चुक्कां लई खिमा, गज के फतेह बुलाओ जी। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਖੀਰ ਅੰਤ ਦਾ ਦਿਨ ਆ ਗਿਆ, ਸਾਰੇ ਪਰਿਵਾਰ ਨੂੰ ਅੰਤਮ ਦਰਸ਼ਨਾਂ ਵਾਸਤੇ ਬੁਲਾ ਲਿਆ ਗਿਆ। ਪੰਜਾਬ ਦਾ ਸ਼ੇਰ ਅਗਲੇ ਜਹਾਨ ਲਈ ਤਿਆਰ ਹੋ ਰਿਹਾ ਸੀ। ਚਿਹਰੇ ਦਾ ਰੰਗ ਬਦਲ ਚੁੱਕਾ ਸੀ, ਸਾਹ ਉਖੜਨਾ ਸ਼ੁਰੂ ਹੋ ਗਿਆ ਸੀ। ਅੰਤ ਇੱਕ ਲੰਮਾ ਸਾਰਾ ਹਟਕੋਰਾ ਆ ਕੇ ਜੋਤ ਬੁੱਝ ਗਈ। 58 ਸਾਲ 7 ਮਹੀਨੇ ਤੇ 26 ਦਿਨ ਦੀ ਉਮਰ ਗੁਜ਼ਾਰ ਕੇ ਮਹਾਰਾਜਾ ਰਣਜੀਤ ਸਿੰਘ ਕੂਚ ਕਰ ਗਿਆ। ਹਾੜ ਦੀ 15 1896 ਬਿਕਰਮੀ ਅਤੇ ਜੂਨ ਦੀ 27 1839 ਈਸਵੀ ਤਾਰੀਖ ਸੀ। ਉਸ ਦਿਨ ਵੀਰਵਾਰ ਅਤੇ ਪੂਰਨਮਾਸ਼ੀ ਦਾ ਦਿਹਾੜਾ ਸੀ। ਹਾਂ, ਪੂਰਨਮਾਸ਼ੀ ਜਦ ਲੋਕਾਂ ਦੀਆਂ ਰਾਤਾਂ ਵੀ ਚਾਨਣੀਆਂ ਹੁੰਦੀਆਂ ਹਨ, ਪਰ ਪੰਜਾਬੀਆਂ ਦੇ ਭਾਅ ਦਾ ਦਿਨ ਦੀਵੀਂ ਹਨੇਰ ਪੈ ਗਿਆ। ਸਾਰਾ ਪਰਿਵਾਰ ਤਾਂ ਹੀ ਮਾਰ ਕੇ ਰੋਣ ਪਿੱਟਣ ਲੱਗ ਪਿਆ। ਜੰਗਲ ਦੀ ਅੱਗ ਵਾਂਗ ਖਬਰ ਸਾਰੇ ਸ਼ਹਿਰ ਵਿੱਚ ਫੈਲ ਗਈ। ਖੁਸ਼ੀ ਵਸਦੇ ਲਾਹੌਰ ਵਿੱਚ ਹਾਹਾਕਾਰ ਮੱਚ ਗਈ। ਸੋਗੀ ਵਾਤਾਵਰਨ ਵਿੱਚ ਦਰਦ ਵਾਲੇ ਲੋਕਾਂ ਦਾ ਦਮ ਘੁੱਟਿਆ ਜਾਣ ਲੱਗਾ। ਸ਼ੇਰੇ ਪੰਜਾਬ ਦੀ ਮੌਤ ਨਾਲ ਕੁਝ ਰਾਣੀਆਂ ਹੀ ਨਹੀਂ, ਸਾਰਾ ਪੰਜਾਬ ਰੰਡਾ ਹੋ ਗਿਆ। ਸਿੱਖਾਂ ਦਾ ਸੂਰਜ ਸਿਖਰ ਦੁਪਹਿਰੇ ਛਿਪ ਗਿਆ। ਕਿਸਮਤ ਨੇ ਪੰਜਾਬੀਆਂ ਵੱਲੋਂ ਮੂੰਹ ਫੇਰ ਲਿਆ। 5 ਦਰਿਆਵਾਂ ਦੀ ਧਰਤੀ ਦਾ ਬੱਚਾ ਬੱਚਾ ਰੋ ਰਿਹਾ ਸੀ ਅਤੇ ਵਿਰੋਧੀ ਖੁਸ਼ੀ ਮਨਾ ਰਹੇ ਸਨ। ਉਹਨਾਂ ਘਰੀਂ ਉਸ ਰਾਤ ਘਿਓ ਦੀਆਂ ਜੋਤਾਂ ਜਗੀਆਂ।